ਵੀ ਦੇ ਚਾਹਵਾਨ ਹਾਂ। ਪਿਆਰਾ ਮੰਗਲ ਵੱਲੋਂ ਆਪ ਸਭ ਨੂੰ ਪਿਆਰ ਭਰੀ ਜੈ ਗੁਰਦੇਵ, ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ, ਜੈ ਭੀਮ, ਜੈ ਵਾਲਮੀਕ ਜੀ। ਕਵੀ ਦਰਬਾਰ ਹਫ਼ਤਾਵਾਰੀ ਪ੍ਰੋਗਰਾਮ ਸ਼ੁਰੂ ਹੋਣ ਜਾ ਰਿਹਾ ਹੈ, ਲਾਈਨਾਂ ਖੁੱਲ੍ਹੀਆਂ ਹਨ ਔਰ ਤੁਸੀਂ ਆਪਣਾ ਨੰਬਰ ਹੁਣੇ ਲਾ ਲਓ 0300-77-0-2246। ਅਗਰ ਬਾਹਰੋਂ ਕਰ ਰਹੇ ਹਾਂ ਤਾਂ 0044 ਲਾਉਣਾ, ਦੈਨ 300-77-0-2246। ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਔਰ ਪਹਿਲਾਂ ਮੈਂ ਆਪਣੀ ਕਵਿਤਾ ਬੋਲੂੰਗਾ, ਉਸ ਤੋਂ ਬਾਅਦ ਲਾਈਨਾਂ ਖੁੱਲ੍ਹੀਆਂ ਹਨ, ਜਿਹਦੀ ਪਹਿਲਾਂ ਲਾਈਨ ਲੱਗੀ ਉਹਨੂੰ ਪਹਿਲਾਂ ਆਪਾਂ ਲਵਾਂਗੇ। ਸੋ ਮੇਰੀ ਕਵਿਤਾ ਹੈ, ਸਤਿਗੁਰ ਜੀ ਨੇ ਸੋ ਸਾਨੂੰ ਬਖਸ਼ਿਸ਼ ਬੇਗਮਪੁਰਾ ਕੀਤਾ, ਉਹੀ ਬਾਤ ਕਰਨ ਜਾ ਰਹੇ ਹਾਂ ਕਿ ਮੇਰੇ ਗੁਰੂ ਜੀ ਦੀ ਚਾਹਨਾ ਮੈਂ ਉਹ ਵਤਨ ਲੋਚਾਂ ਬੇਗਮਪੁਰਾ, ਅਤੇ ਮੇਰਾ ਦੇਸ਼ ਆਦਿਸਤਾਨ ਹੋਵੇ, ਜਿੱਥੇ ਦੋਮ ਨਾ ਸੋਮ ਨਾ ਕੋਈ ਦੁਖੀ ਹੋਵੇ, ਹਰ ਸ਼ਹਿਰੀ ਹਰ ਬਸ਼ਰ ਸਨਮਾਨ ਹੋਵੇ। ਮੇਰੇ ਗੁਰੂ ਜੀ ਦੀ ਚਾਹਨਾ ਮੈਂ ਉਹ ਵਤਨ ਲੋਚਾਂ ਬੇਗਮਪੁਰਾ, ਬੇਗਮਪੁਰਾ। ਮੈਨੂੰ ਫਖਰ ਹੋਵੇ ਐਸੀ ਧਰਤੀ 'ਤੇ, ਮੈਨੂੰ ਫਖਰ ਹੋਵੇ ਐਸੀ ਧਰਤੀ 'ਤੇ ਜਿੱਥੇ ਜੀ ਸਕਾਂ ਮਾਣਮਤੀ ਮਰਜ਼ੀ 'ਤੇ, ਮਰਜ਼ੀ 'ਤੇ, ਕਿਸੇ ਦਾ ਨਾ ਕੋਈ ਦਬਦਬਾ ਹੋਵੇ, ਖੁੱਲ੍ਹੀ ਫਿਜ਼ਾ ਹੋਵੇ ਅਤੇ ਹੀਣਤਾ ਨਾ ਨਾਮੋ ਨਿਸ਼ਾਨ ਹੋਵੇ। ਮੇਰੇ ਗੁਰੂ ਜੀ ਦੀ ਚਾਹਨਾ ਮੈਂ ਵਤਨ ਲੋਚਾਂ ਬੇਗਮਪੁਰਾ, ਬੇਗਮਪੁਰਾ। ਲੁੱਟ ਸੁੱਟ ਨਾ ਢੂੰਡਿਆਂ ਦਿਸੇ ਕਿਧਰੇ, ਹੈਂਕੜਬਾਜ਼ੀ ਧੱਕੇ ਸ਼ਾਹੀ, ਗਲ ਕੋਟੂ ਨਾ ਫਾਉਣ ਚੰਦਰੇ, ਪਤਨਾ ਕਿਧਰੇ ਕਿਸੇ ਦੀ ਲੁੱਟੀ ਜਾਵੇ, ਪਤਨਾ ਕਿਧਰੇ ਕਿਸੇ ਦੀ ਲੁੱਟੀ ਜਾਵੇ, ਨਾ ਕੋਈ ਭੈ ਸਤਾਵੇ, ਸੁੱਖ ਸ਼ਾਂਤੀ ਪਰ ਅਮਨ ਅਮਾਨ ਹੋਵੇ, ਅਮਨ ਅਮਾਨ ਹੋਵੇ, ਸੱਚਾ ਲੋਕ ਰਾਜ ਹੋਵੇ, ਸੱਚਾ ਸੱਚਾ ਲੋਕ ਰਾਜ ਹੋਵੇ, ਜਿਹਨੂੰ ਆਪਾਂ ਡੈਮੋਕ੍ਰੇਸੀ ਕਹਿੰਦੇ ਹਾਂ। ਹਾਂ, ਸੱਚਾ ਲੋਕ ਰਾਜ ਹੋਵੇ, ਕੁਣਬਾ ਪ੍ਰਸਤੀ ਨਾ ਪੁਸ਼ ਦਰ ਪੁਸ਼ਤ, ਹਾਕਮੀ ਅੰਦਾਜ਼ ਹੋਵੇ, ਗਣਤੰਤਰ ਨੂੰ ਮਾਣ ਸਕੀਏ ਅਤੇ ਹੱਕਾਂ ਨੂੰ ਪਛਾਣ ਸਕੀਏ, ਨਾ ਕੋਈ ਰਾਜਾ ਹੋਵੇ ਨਾ ਕੰਗਲਾ, ਇਨਸਾਨ ਹੋਵੇ, ਇਨਸਾਨ ਹੋਵੇ। ਵਿੱਦਿਆ ਪਰਉਪਕਾਰੀ ਸਭ ਲਈ ਹੋਵੇ, ਬਰਾਬਰ ਹਕੀਕ ਅਧਿਕਾਰੀ, ਧਨਵਾਨ ਜਾਂ ਗਰੀਬ ਭਿਖਾਰੀ, ਸਭ ਲਈ। ਵਿੱਦਿਆ ਤੋਂ ਬਿਨਾਂ ਕੁਛ ਨਹੀਂ ਬਣਨਾ, ਵਿੱਦਿਆ ਬਹੁਤ ਜ਼ਰੂਰੀ ਹੈ। ਵਿੱਦਿਆ ਪਰਉਪਕਾਰੀ ਸਭ ਲਈ ਹੋਵੇ, ਬਰਾਬਰ ਹਕੀਕ ਅਧਿਕਾਰੀ, ਧਨਵਾਨ ਜਾਂ ਗਰੀਬ ਭਿਖਾਰੀ। ਮੁਫਤ ਸ਼ਿਕਸ਼ਾ ਪ੍ਰਦਾਨ ਹੋਵੇ, ਸਿਹਤ ਸੰਭਾਲ ਸਰਕਾਰੀ ਅਦਾਰਿਆਂ ਦਾ ਸਭ ਲਈ ਰੱਬੀ ਰਹਿਮਤੇ ਵਰਦਾਨ ਹੋਵੇ, ਕਾਲੇ ਧਨ ਦੀ ਨਾ ਡਾਢੀ ਹੋੜ ਹੋਵੇ, ਬਹੁਤ ਜ਼ਰੂਰੀ ਹੈ। ਕਾਲਾ ਧਨ ਜਿਹੜਾ ਪਤਾ ਨਹੀਂ ਕਿੰਨਾ ਬਾਹਰ ਸਿੱਟਿਆ, ਕਾਲੇ ਧਨ ਦੀ ਨਾ ਡਾਢੀ ਹੋੜ ਹੋਵੇ, ਬੇਰੁਜ਼ਗਾਰੀ ਨਾ ਸਮਾਜੀ ਕੋਹੜ ਹੋਵੇ, ਸਭ ਨੂੰ ਮਾਣ ਮੱਤਾ ਰੁਜ਼ਗਾਰ ਮਿਲੇ, ਕੋਈ ਚਿੰਤਾ ਗ੍ਰਸਤ ਨਾ ਪਰਿਵਾਰ ਮਿਲੇ, ਦੁਰਲੱਭ ਜ਼ਿੰਦਗੀ ਨਾ ਪਰੇਸ਼ਾਨ ਪਛੇਮਾਨ ਹੋਵੇ, ਖੂਬਸੂਰਤ ਜ਼ਿੰਦਗੀ ਹੋਵੇ ਪਿਆਰੇ,
ਖੂਬਸੂਰਤ ਜ਼ਿੰਦਗੀ ਮਾਨਣ ਸਾਰੇ, ਕੋਈ ਗਮਾਂ ਸਿਸਕੀਆਂ ਡਰ ਸਹਿਮ ਸੰਗ ਨਾ ਵਿਲਕੇ, ਰੋਵੇ ਪਿਆਰੇ। ਰੰਗੀਨ ਰੰਗਾਂ ਭਰਿਆ ਸੰਸਾਰ ਹੋਵੇ, ਇਹੋ ਜਿਹਾ ਪਾਠ ਹੋਵੇ। ਰੰਗੀਨ ਰੰਗਾਂ ਭਰਿਆ ਸੰਸਾਰ ਹੋਵੇ, ਅਤੇ ਸਤਿਕਾਰ ਦਿਲਾਂ ਦਾ ਸ਼ਿੰਗਾਰ ਹੋਵੇ, ਦਇਆ ਦ੍ਰਿਸ਼ਟੀ ਨਿਗੇਵਾਨ ਮਿਹਰਬਾਨ ਹੋਵੇ। ਕਿਉਂਕਿ ਮੇਰੇ ਗੁਰੂ ਜੀ ਦੀ ਚਾਹਨਾ, ਮੈਂ ਉਹ ਵਤਨ ਲੋਚਾਂ ਬੇਗਮਪੁਰਾ, ਬੇਗਮਪੁਰਾ ਮੇਰਾ ਵਤਨ ਆਦਿਸਥਾਨ ਹੋਵੇ, ਜਿੱਥੇ ਨਾ ਕੋਈ ਦੋਮ, ਨਾ ਕੋਈ ਸੋਮ, ਨਾ ਕੋਈ ਦੁਖੀ ਹੋਵੇ, ਹਰ ਸ਼ਹਿਰੀ ਹਰ ਬਸ਼ਰ ਸਨਮਾਨ ਹੋਵੇ, ਸਨਮਾਨ ਹੋਵੇ, ਸਨਮਾਨ ਹੋਵੇ। ਇਹ ਸੀ ਮੇਰੀ ਕਵਿਤਾ। ਹੁਣ ਲਾਈਨਾਂ ਖੁੱਲ੍ਹੀਆਂ ਹਨ, ਤੁਸੀਂ ਆਪਣੀ ਲਾਈਨ ਲਾਓ ਔਰ ਆ ਜਾਓ, ਅਤੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਨੰਬਰ ਲੱਗੇਗਾ ਉਹਨੂੰ ਲਿਆ ਜਾਵੇਗਾ। ਜੀ ਆਇਆਂ ਨੂੰ ਜੀ ਜੈ ਗੁਰਦੇਵ। ਹੈਲੋ ਵੀਰ ਜੀ, ਪਿਆਰੀ ਪਿਆਰੀ ਜੈਗਦੇਵ ਜੀ। ਅੱਛਾ ਮੈਂ ਭੈਣ ਜੀ, ਜੀ ਆਇਆਂ ਨੂੰ ਜੈ ਗੁਰਦੇਵ। ਜੈ ਗੁਰਦੇਵ, ਧੰਨ ਗੁਰਦੇਵ ਵੀਰ ਜੀ, ਅਤੇ ਥੈਂਕ ਯੂ ਤੁਹਾਡੇ, ਅਤੇ ਬਹੁਤ ਸੋਹਣੀ ਕਵਿਤਾ ਜਿਹੜੀ ਤੂੰ ਸੁਣਾਈ ਆ। ਹਾਂਜੀ, ਰੰਗਾਂ ਵਿੱਚ ਖੂਬਸੂਰਤ ਇਹ ਤਾਂ ਹੀ ਹੋ ਸਕਦਾ ਆ, ਬੇਗਮਪੁਰਾ ਵੀ ਤਾਂ ਹੀ ਬਣਨਾ ਜੇ ਲੋਕੀ ਆਪਣੀ ਸੋਚ ਬਦਲ ਲੈਣ। ਵਾਹ ਜੀ ਵਾਹ, ਬਹੁਤ ਅੱਛੇ ਲਫ਼ਜ਼। ਸੋਚ ਬਹੁਤ ਬਦਲਣੀ ਉਹਨਾਂ ਨੂੰ ਲੋੜ ਆ, ਜਿਹੜੀ ਸੋਚ ਇਹ ਹੀ ਨਹੀਂ ਬਦਲ ਰਹੀ। ਹਾਂਜੀ, ਸੋਚ ਬਦਲਣ ਦੀ ਲੋੜ ਆ, ਕਿੰਤੂ ਪਰੰਤੂ ਕਰਨੇ ਤੋਂ ਪਰੇ ਰਹਿਣ। ਹਾਂ, ਚੰਗੀ ਸੋਚ ਲਿਆ ਕੇ ਤੇ ਇਹ ਕੋਈ ਦੂਰ ਨਹੀਂ ਹੈਗਾ, ਹੋ ਸਕਦਾ ਕਿ ਨਹੀਂ ਹੋ ਸਕਦਾ। ਬਿਲਕੁਲ ਹੋ ਸਕਦਾ ਜੀ, ਆਹ ਜਿਹੜੇ ਮੁਲਕ ਆ ਇੱਥੇ ਸਾਨੂੰ ਇਨਸਾਫ਼ ਮਿਲਦਾ। ਹਾਂਜੀ, ਤੇ ਦੁਨੀਆ ਸੁਖੀ ਆ, ਸੁਖੀ ਆ। ਹਾਂ, ਬਾਕੀ ਜਗ੍ਹਾ ਵੀ ਹੋ ਸਕਦੀ ਆ ਜੇ ਮਾਸਤਰੀ ਸ਼ਾਂਤਰੀ ਸੋਚ ਚੰਗੀ ਲੈ ਕੇ ਅੱਗੇ ਵਧਣ। ਹਾਂਜੀ, ਮੈਂ ਅੱਜ ਲੈ ਕੇ ਆਈ ਹਾਂ ਵੀਰ ਜੀ, ਪਹਿਲਾਂ ਤਾਂ ਜਿੰਨੇ ਵੀ ਆਉਣ ਵਾਲੇ ਆ, ਚੁੱਪ ਕਰਕੇ ਸੁਣਨ ਵਾਲੇ ਆ, ਸਾਰਿਆਂ ਨੂੰ ਪਿਆਰੀ ਪਿਆਰੀ ਮਿੱਠੀ ਮਿੱਠੀ ਨਿੱਘੀ ਨਿੱਘੀ ਜੈ ਗੁਰਦੇਵ। ਹਾਂਜੀ, ਧੰਨ ਗੁਰਦੇਵ। ਹਾਂਜੀ, ਤੇ ਵੀਰ ਜੀ, ਰਜਿੰਦਰ ਪਰਦੇਸੀ ਜੀ ਉਹਨਾਂ ਦੀ ਲਿਖੀ ਆ ਜਿਹੜੀ ਮੈਂ ਅੱਜ ਲੈ ਕੇ ਆਈ, ਰੂਬਰੂ ਕਰਨੀ ਆ। ਕਰੋ ਜੀ। ਹਾਂਜੀ, ਕਹਿੰਦੇ ਆ, ਤੂੰ ਰੱਖ ਖਮੋਸ਼ ਨਜ਼ਰਾਂ ਨੂੰ, ਤੂੰ ਰੱਖ ਖਮੋਸ਼ ਨਜ਼ਰਾਂ ਨੂੰ, ਨਜ਼ਰ ਦਾ ਵਾਸਤਾ ਤੈਨੂੰ, ਨਹੀਂ ਕੁਝ ਪੁੱਛਣਾ ਤੈਨੂੰ, ਨਹੀਂ ਕੁਝ ਦੱਸਣਾ ਤੈਨੂੰ, ਨਹੀਂ ਕੁਝ ਪੁੱਛਣਾ ਤੈਨੂੰ, ਨਹੀਂ ਕੁਝ ਦੱਸਣਾ ਤੈਨੂੰ ਜੀ। ਸਰੋਂ ਦੇ ਫੁੱਲ ਜਦੋਂ ਮਹਿਕਣ ਉਦੋਂ ਨਾ ਖੇਤ ਨੂੰ ਜਾਵੀ, ਬਸੰਤੀ ਰੰਗ ਜਾਂ ਚੜ੍ਹਨੇ ਨਹੀਂ ਕੁਝ ਔੜਾਂ ਔੜਨਾ ਤੇ, ਬਸੰਤੀ ਰੰਗ ਜਾਂ ਚੜ੍ਹਨੇ ਨਹੀਂ ਕੁਝ ਔੜਨਾ ਤੈਨੂੰ, ਹੈ ਖੁਸ਼ਬੂ ਉਪਰੀ ਜਿੱਥੇ ਨਾ ਫੁੱਲ ਵੀ ਲੱਗਣ ਆਪਣੇ। ਹਾਂਜੀ, ਵਿਖਾਈ ਦੇਣ ਕਿੰਜ ਉੱਥੇ ਨਸ਼ੇ ਵਿੱਚ ਪਿੱਤਲੀਆਂ ਤੈਨੂੰ, ਹਾਂ ਇਹ ਟੁਕੜੇ ਗਿਣਨੇ ਹੁੰਦੇ, ਇਹ ਟੁਕੜੇ ਚਿਣਨੇ ਹੁੰਦੇ, ਕੀ ਆਖਾ ਦੋਸਤਾ ਤੈਨੂੰ ਕੀ, ਤੇ ਕੀ ਦੁਸ਼ਮਣਾ ਤੈਨੂੰ। ਹਾਂਜੀ, ਸਾਡੇ ਹਾਸਿਆਂ ਦੀ ਮੌਤ ਤੈਨੂੰ ਯਾਦ ਫਿਰ ਆਊ, ਸਾਡੇ ਹਾਸਿਆਂ ਦੀ ਮੌਤ ਤੈਨੂੰ ਯਾਦ ਫਿਰ ਆਊ, ਜਦੋਂ ਵੀ ਰੋਣ ਲੱਗੇ ਨੂੰ ਕਿਸੇ ਨਾ ਵਰਜਿਆ ਤੈਨੂੰ। ਵਾਹ ਜੀ ਵਾਹ। ਕਹਿੰਦੇ ਲਟੇਰੇ ਤੂੰ ਨਹੀਂ ਵੇਖੇ, ਅਜੇ ਗੱਲਾਂ ਹੀ ਸੁਣੀਆਂ ਨੇ, ਲਟੇਰੇ ਤੂੰ ਨਹੀਂ ਵੇਖੇ, ਅਜੇ ਗੱਲਾਂ ਹੀ ਸੁਣੀਆਂ ਨੇ, ਨਾ ਸੌਵੇਂਗਾ ਨਾ ਜਾਗੇਗਾ ਕਿਸੇ ਜਦ ਲੁੱਟਿਆ ਤੈਨੂੰ। ਵਾਹ ਜੀ ਵਾਹ। ਅਜੇ ਅਜੇ ਤਾਂ ਅਲੱਟ ਗਰਮਾਈ
ਫਿਰੇ ਤੈਨੂੰ ਹਕੂਮਤ ਦਾ। ਜਦੋਂ ਹੈ ਬੁਰਾ ਫਸਣਾ ਉਦੋਂ ਲੱਗਣਾ ਪਤਾ ਤੈਨੂੰ, ਉਦੋਂ ਲੱਗਣਾ ਪਤਾ ਤੈਨੂੰ। ਵਾਹ ਜੀ ਵਾਹ। ਜਦੋਂ ਬੁਰਾ ਫਸਿਆ ਤੈਨੂੰ ਫੇਰ ਪਤਾ ਲੱਗਣਾ। ਹਾਂ, ਤੇ ਉਦੋਂ ਅਹਿਸਾਸ ਹੋਵੇਗਾ ਉਦੋਂ ਹੀ ਘਰ ਨੂੰ ਪਰਤੇਗਾ। ਹਾਂ, ਜਦੋਂ ਦਰ ਤੇ ਖਲੋਤੇ ਨੂੰ ਕਿਸੇ ਦਦਕਾਰਿਆ ਤੈਨੂੰ। ਵਾਹ ਜੀ ਵਾਹ। ਆਖਰੀ ਦੋ ਲੈਣਾ ਵੀਰ ਜੀ। ਹਾਂ, ਤੂੰ ਧੋਖਦੇ ਰਹਿਣਾ ਖਾਤਰ ਕਮਾਇਆ ਇਸ਼ਕ ਪਰਦੇਸੀ। ਆਹਾ, ਤੂੰ ਧੋਖਦੇ ਰਹਿਣ ਖਾਤਰ ਕਮਾਇਆ ਇਸ਼ਕ ਪਰਦੇਸੀ, ਸਮੁੰਦਰ ਟੱਪ ਗਈ ਅਗਨੀ ਪਿਆ ਜਦ ਮਚਣਾ ਤੈਨੂੰ। ਸਮੁੰਦਰ ਟੱਪ ਗਈ ਅਗਨੀ ਪਿਆ ਜਦ ਮਚਣਾ ਤੈਨੂੰ, ਮਚਣਾ ਤੈਨੂੰ। ਵਾਹ ਜੀ ਵਾਹ। ਹਾਂਜੀ, ਇਹ ਰਜਿੰਦਰ ਪਰਦੇਸੀ ਜੀ ਹੁਣਾਂ ਦੀ ਸੀ, ਤੇ ਇੱਕ ਬਹੁਤ ਵਧੀਆ ਗਜ਼ਲ ਹੈ। ਹਾਂਜੀ, ਕੋਈ ਗਲਤੀ ਹੋਈ ਤਾਂ ਮਾਫ ਕਰਿਓ, ਤਾਂ ਜਿੰਨੇ ਚੁੱਪ ਕਰਕੇ ਸੁਣਦੇ ਆ ਆਉਣ ਵਾਲੇ ਆ, ਤੇ ਤੁਹਾਨੂੰ ਸਾਰਿਆਂ ਨੂੰ ਪਿਆਰੀ ਪਿਆਰੀ ਜੈ ਗੁਰਦੇਵ। ਥੈਂਕ ਯੂ ਮੇਰੀ ਭੈਣ, ਤੁਹਾਡਾ ਬਹੁਤ ਧੰਨਵਾਦ। ਆਪ ਨੂੰ ਵੀ ਪਿਆਰ ਭਰੀ ਜੈ ਗੁਰਦੇਵ। ਧੰਨ ਗੁਰਦੇਵ। ਇਹ ਸੀ ਸਾਡੀ ਭੈਣ ਆਸ਼ਾ ਮੱਲ ਜੀ, ਜਿਨ੍ਹਾਂ ਨੇ ਇੱਕ ਪਰਦੇਸੀ ਦੀ ਲਿਖੀ ਹੋਈ ਗਜ਼ਲ ਬਹੁਤ ਅੱਛੀ ਗਜ਼ਲ ਸੁਣਾਈ ਆ। ਇਨਸਾਨ ਨੂੰ ਉਦੋਂ ਪਤਾ ਲੱਗਦਾ ਜਦੋਂ ਉਹਦੇ 'ਤੇ ਆਪਣੇ 'ਤੇ ਪੈਂਦੀ ਆ। ਵਾਕਿਆ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ। ਬਿਲਕੁਲ ਸਹੀ ਗੱਲ ਵਾ, ਕਿਉਂਕਿ ਜਦ ਤਾਈਂ ਤੁਹਾਡੇ ਆਪਣੇ ਨਾਲ ਨਹੀਂ ਕੋਈ ਚੀਜ਼ ਵਿਚਰਦੀ, ਤੁਹਾਨੂੰ ਉਸ ਗੱਲ ਦਾ ਅਹਿਸਾਸ ਨਹੀਂ ਹੁੰਦਾ। ਅਤੇ ਹਾਂਜੀ ਜੀ, ਆਨੂ ਜੀ, ਜੈ ਗੁਰਦੇਵ। ਹੈਲੋ, ਜੈ ਗੁਰਦੇਵ ਜੀ, ਬੰਗੜ ਸਾਹਿਬ। ਹਾਂਜੀ, ਆਓ ਜੀ, ਰਾਜਮਾਨਕ ਜੀ, ਜੀ ਆਨੂ, ਕੀ ਹਾਲ ਜੀ? ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਜੀ, ਮਸੀਂ ਲੈਣ ਲੱਗੀ, ਕਈ ਵਾਰ ਤਾਂ ਕੰਨ ਦੁਖਣ ਲੱਗ ਪੈਂਦਾ, ਫਿਰ ਅਸੀਂ ਬੰਦ ਕਰ ਦਿੱਤਾ। ਥੈਂਕ ਯੂ ਸਰ, ਬਹੁਤ ਰਸ਼ ਹੁੰਦਾ। ਮੈਂ ਅੱਜ ਕਵਿਤਾ ਲੈ ਕੇ ਆਇਆ ਜੀ, ਕਿਸਮਤ ਕੌਮ ਦੀ। ਹਾਂ, ਇਹ 'ਚ ਮੈਂ ਬਿਆਨ ਕੀਤਾ। ਹਾਂ, ਕਿ ਮੈਂ ਆਪਣੀਆਂ ਆਦਤਾਂ ਟਰੰਕ ਵਿੱਚ ਬੰਦ ਕਰ ਰੱਖੀਆਂ ਨੇ। ਅੱਛਾ ਜੀ। ਮੈਂ ਆਪਣੀਆਂ ਆਦਤਾਂ ਟਰੰਕ ਵਿੱਚ ਬੰਦ ਕਰ ਰੱਖੀਆਂ ਨੇ, ਉਹਨਾਂ ਨੇ ਹੋਰ ਤਾਂ ਕਿਸੇ ਦੇ ਕੰਮ ਕੀ ਆਉਣਾ ਜਿਹਨਾਂ ਨਾਲ ਮੇਰਾ ਵੀ ਨਾ ਗੁਜ਼ਾਰਾ ਹੋਵੇ। ਮਾੜੀ ਕਿਸਮਤ ਉਸ ਕੌਮ ਦੀ ਜਿਸ ਕੋਲ ਇੱਕ ਵੀ ਨਾ ਸਿਰ ਜੋੜ ਬੁਲਾਰਾ ਹੋਵੇ। ਵਾਹ ਜੀ ਵਾਹ। ਮਾੜੀ ਕਿਸਮਤ ਉਸ ਕੌਮ ਦੀ ਜਿਸ ਕੋਲ ਇੱਕ ਵੀ ਨਾ ਸਿਰ ਜੋੜ ਬੁਲਾਰਾ ਹੋਵੇ। ਹੋਵੇ, ਹਾਂਜੀ, ਬਿਆਨ ਕੀਤਾ। ਸੂਰਜ ਵਾਰ ਵਾਰ ਨਹੀਂ ਕੌਮ ਦੇ ਲਈ ਚੜ੍ਹਦੇ। ਹਾਂ, ਸੂਰਜ ਵਾਰ ਵਾਰ ਨਹੀਂ ਕੌਮ ਦੇ ਲਈ ਚੜ੍ਹਦੇ, ਜਿੱਥੇ ਵਿਚਾਰ ਹੀ ਨਾ ਮਿਲਣ, ਕਿਤੇ ਵਿਚਾਰ ਹੀ ਨਾ ਮਿਲਣ, ਤੇ ਜਿਗਤ ਵਰਗਾ ਦੁੱਖ ਨਾ ਕੌਮ ਨੂੰ ਦੁਬਾਰਾ ਹੋਵੇ। ਵਾਹ ਜੀ ਵਾਹ। ਮਾੜੀ ਕਿਸਮਤ ਉਸ ਕੌਮ ਦੀ ਜਿਸ ਕੌਮ ਕੋਲ ਇੱਕ ਵੀ ਨਾ ਸਿਰ ਜੋੜ ਬੁਲਾਰਾ ਹੋਵੇ। ਵਾਹ ਜੀ ਵਾਹ। ਮਾਨਕ ਸਾਹਿਬ, ਗਾ ਕੇ ਸੁਣਾਓ। ਬਿਆਨ ਕੀਤਾ, ਹਾਂਜੀ, ਗਾ ਕੇ ਸੁਣਾਓ। ਬਿਆਨ ਕੀਤਾ, ਬਾਪੂ ਦੂਰੋਂ ਬੇਸ਼ੱਕ ਦੇਖੇ। ਹਾਂ, ਉਹਦੀਆਂ ਵਿਚਾਰਾਂ ਹਨ। ਹਾਂ, ਬਾਪੂ ਦੂਰੋਂ ਬੇਸ਼ੱਕ ਦੇਖੇ, ਉਹਦੀਆਂ ਵਿਚਾਰਾਂ ਹਨ ਜਿਵੇਂ ਦੇਸੀ ਘਿਓ। ਜਦ ਮਨ ਹੀ ਲਿਆ ਉਹਨੂੰ ਸਭ ਦਾ ਪਿਓ, ਫਿਰ ਮੇਰੇ ਸ਼ੌਂਕ ਉਹ ਕਿਸੇ ਦੇ ਕੰਮ ਆਉਣੇ ਜਿਹਨਾਂ ਵਿੱਚ ਮੇਰਾ ਹੀ ਪੁਆੜਾ ਹੋਵੇ। ਦੁਨੀਆਂ ਤੇ ਉਹ ਕੌਮ ਬਹੁਤ ਵੱਡੀ, ਕਿਉਂ ਲੁਕੋਵਾਂ ਇਸ ਕਹਾਣੀ ਨੂੰ? ਕੋਰੋਨਾ ਵਿੱਚ ਵੀ ਜਿਹਨਾਂ ਨੇ ਲੋਕਾਂ ਨੂੰ ਭੁੱਖੇ ਨੇ ਮੰਨ ਦਿੱਤਾ, ਬੇਸ਼ੱਕ ਮੰਨਦੇ ਅੱਜ ਵੀ ਉਹ ਗੁਰਬਾਣੀ ਨੂੰ। ਕੋਰੋਨਾ ਵਿੱਚ ਵੀ ਨਾ ਜਿਹਨਾਂ ਨੇ ਲੋਕਾਂ ਨੂੰ ਭੁੱਖੇ ਮੰਨ ਦਿੱਤਾ, ਅੱਜ ਮੰਨਦੇ ਫਿਰ ਉਹ ਗੁਰਬਾਣੀ ਨੂੰ। ਮਾਣ ਦਈਏ ਤੇ ਮਾਣ ਲਈਏ ਉਹਨਾਂ ਤੋਂ, ਜਿਹਨਾਂ ਦੇ ਸਿਰ ਇਹ ਮੱਥੇ ਸਿਰਾਂ ਤੇ ਮੂੰਹ ਲੱਗਦਾ ਸ਼ੁਆਲਾ ਹੋਵੇ। ਮਾੜੀ ਕਿਸਮਤ ਉਸ ਕੌਮ ਦੀ
ਜਿਸ ਕੌਮ ਕੋਲ ਇੱਕ ਬਿਨਾ ਸਿਰ ਜੋੜ ਬੁਲਾਰਾ ਹੋਵੇ, ਮੈਂ ਆਪਣੀਆਂ ਆਦਤਾਂ ਟਰੰਕ ਵਿੱਚ ਬੰਦ ਕਰ ਰੱਖੀਆਂ, ਉਹਨਾਂ ਨਾਲ ਮੇਰਾ ਤਾਂ ਕਿਸੇ ਦਾ ਤਾਂ ਕੀ ਮੇਰਾ ਇੰਨਾ ਗੁਜ਼ਾਰਾ ਹੋਵੇ। ਮਾੜੀ ਕਿਸਮਤ ਉਸ ਕੌਮ ਦੀ ਜਿਸ ਕੌਮ ਕੋਲ ਇੱਕ ਬਿਨਾ ਸਿਰ ਜੋੜ ਬੁਲਾਰਾ ਹੋਵੇ। ਥੈਂਕ ਯੂ ਮਾਨ ਸਾਹਿਬ, ਤੁਸੀਂ ਸੱਚੀ ਗੱਲ ਕਰ ਰਹੇ ਹਾਂ। ਕੌਮ ਦੇ ਵਿੱਚ ਅੱਛੇ ਬੁਲਾਰਿਆਂ ਦੀ ਬਹੁਤ ਲੋੜ ਆ, ਕਿਉਂਕਿ ਤੁਸੀਂ ਜੇਕਰ ਅੱਛੀ ਤਰ੍ਹਾਂ ਗੱਲ ਕਰਦੇ ਹਾਂ, ਐਕਸਪ੍ਰੈਸ ਕਰਦੇ ਹਾਂ ਆਪਣੇ ਆਪ ਨੂੰ, ਜਿਨ੍ਹਾਂ ਬੋਲਾਂ ਦੇ ਵਿੱਚ ਪੂਰਾ ਵਜ਼ਨ ਹੋਵੇ, ਉਹ ਜਿਹੜੇ ਬੋਲ ਆ ਉਹ ਫਿਰ ਜਿੱਦਾਂ ਮਾਨਕ ਸਾਹਿਬ ਕਹਿ ਗਏ ਆ ਕਿ ਉਹ ਅਸਰ ਕਰਦੇ ਆ। ਹਾਂਜੀ ਜੀ ਆਨੂ ਜੀ, ਜੈ ਗੁਰਦੇਵ। ਹਾਂਜੀ ਬੰਗੜ ਸਾਹਿਬ, ਤੁਹਾਨੂੰ ਅਤੇ ਤੁਹਾਡੇ ਸਾਰੇ ਸਟਾਫ ਨੂੰ, ਖਾਸ ਕਰਕੇ ਮੋਮੀ ਸਾਹਿਬ ਨੂੰ ਅਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਪੀਟਰ ਤੋਂ ਗੁਰਦੇਵ ਸਿੰਘ ਭੋਗਲ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭੋਗਲ ਸਾਹਿਬ ਜੀ ਆਨੂ ਜੀ, ਧੰਨਵਾਦ ਧੰਨਵਾਦ, ਤੁਹਾਡਾ ਪਿਆਰ ਸਿਰ ਮੱਥੇ, ਤੁਹਾਡਾ ਹੁਕਮ ਸਿਰ ਮੱਥੇ, ਪ੍ਰੋਗਰਾਮਾਂ ਦੀ ਭਾਈ ਉਡੀਕ ਰਹਿੰਦੀ ਦੁਨੀਆ ਨੂੰ, ਅਤੇ ਇੱਦਾਂ ਦੇ ਪ੍ਰੋਗਰਾਮ ਸੋਹਣੇ ਅਤੇ ਸੋਹਣੇ ਉਡੀਕਣੇ ਚਾਹੀਦੇ ਨੇ ਮੀਡੀਏ ਨੂੰ। ਬਿਲਕੁਲ, ਜਦ ਤੁਹਾਡੇ ਅੱਗੇ ਸ਼ਾਇਰ ਆ ਜਾਂਦੇ ਆ ਅਤੇ ਫਿਰ ਪ੍ਰੋਗਰਾਮ ਨੂੰ ਚਾਰ ਚੰਦ ਲੱਗ ਜਾਂਦੇ ਆ। ਬਹੁਤ ਧੰਨਵਾਦ ਤੁਹਾਡਾ, ਥੈਂਕ ਯੂ। ਬਸ ਪਿਆਰ ਹੀ ਦੁਨੀਆ ਦੇ ਵਿੱਚ ਬੰਗੜ ਸਾਹਿਬ, ਹੋਰ ਹੈ ਵੀ ਕੀ, ਜਿਹਨੂੰ ਪ੍ਰੇਮ ਕੀਓ ਤਿੰਨ ਹੀ ਭਰਾ ਪਾਇਓ। ਹਾਂਜੀ ਹਾਂਜੀ ਬਿਲਕੁਲ, ਜਿਹਨੇ ਪਿਆਰ ਨਹੀਂ ਕੀਤਾ ਕੁਛ ਵੀ ਨਹੀਂ ਪਾਇਆ ਮਹਾਰਾਜ ਕਹਿੰਦੇ। ਹਾਂ ਅਤੇ ਬੰਗੜ ਸਾਹਿਬ, ਅੱਜ ਮੈਂ ਗੁਰੂ ਤੇਗ ਬਹਾਦਰ ਸਾਹਿਬ ਅਤੇ ਕੁਝ ਦੋ ਤਿੰਨ ਬੰਦ ਬੋਲਣੇ ਚਾਹਾਂਗਾ। ਬੋਲੋ ਜੀ। ਕਿਉਂਕਿ ਉਹਨਾਂ ਦਾ ਆਪਣਾ ਸ਼ਹੀਦੀ ਪੁਰਬ ਆ ਰਿਹਾ ਹੁਣ, ਅਤੇ ਉਹ ਤੇ ਕੁਝ ਕੁਝ ਲਾਈਨਾਂ ਬੋਲਣੀਆਂ ਚਾਹੁੰਦਾ ਵੀ ਗੁਰੂ ਸਾਹਿਬਾਂ ਦੀ ਦੇਖੋ ਕੁਰਬਾਨੀ ਦੇਖੋ ਤੁਸੀਂ। ਬਿਲਕੁਲ, ਗੁਰੂ ਸਾਹਿਬਾਂ ਨੇ ਇੱਕ ਸ਼ਹਾਦਤਾਂ ਦਿੱਤੀਆਂ ਨੇ, ਸਾਰੀ ਮਨੁੱਖਤਾ ਨੂੰ ਕੀ ਸਿਖਾ ਲਿਆ। ਬਿਲਕੁਲ ਬਿਲਕੁਲ, ਕਰਕੇ ਤੁਸੀਂ ਬੜੇ ਵਧੀਆ ਸੂਝਵਾਨ ਸੱਜਣ ਹੋ, ਰਾਇਤਰੇ ਰਹੋ, ਤੁਹਾਨੂੰ ਸਾਰਾ ਇਤਿਹਾਸ ਬਾਰੇ ਪਤਾ ਆ। ਬਿਲਕੁਲ, ਅਤੇ ਲਓ ਆਪਣੇ ਬੰਗੜ ਸਾਹਿਬ ਮੈਂ ਸ਼ੁਰੂ ਕਰਾਂ, ਸਮਾਂ ਬਹੁਤ ਜ਼ਾਇਆ ਨਾ ਕਰ ਰਿਹਾ ਆ। ਕਰੋ ਜੀ। ਕਿਹਾ ਵੀ ਜਿਹਦੇ ਅੰਦਰ ਸਾਧਕ ਇਸ਼ਕ ਦੇ ਵਗਣ ਝਰਨੇ, ਜਿਹਦੇ ਅੰਦਰ ਸਾਧਕ ਇਸ਼ਕ ਦੇ ਵਗਣ ਝਰਨੇ, ਉਹ ਆਸ਼ਕ ਹੀ ਇਸ਼ਕ ਦੀ ਰਮਜ਼ ਬੁੱਝੇ, ਜਿਹੜੇ ਤੇਗ ਤਿਆਗ ਵਿਰਾਗ ਦੀ ਹੋਣ ਮੂਰਤ, ਉਹ ਸੱਤਾਂ ਤਾਲਿਆਂ ਵਿੱਚ ਵੀ ਕਦੇ ਨਾ ਰਹਿਣ ਗੁੱਝੇ। ਵਾਹ ਜੀ ਵਾਹ, ਸੱਚ ਵਾ ਨਾ ਜੀ? ਸੱਚ ਹੈ ਸੱਚ ਹੈ। ਜਿਹਦੇ ਅੰਦਰ ਸਾਧਕ ਇਸ਼ਕ ਦੇ ਵਗਣ ਝਰਨੇ, ਉਹ ਆਸ਼ਕ ਹੀ ਇਸ਼ਕ ਦੀ ਰਮਜ਼ ਬੁੱਝੇ, ਜਿਹੜੇ ਤੇਗ ਤਿਆਗ ਵਿਰਾਗ ਦੀ ਹੋਣ ਮੂਰਤ, ਉਹ ਸੱਤਾਂ ਤਾਲਿਆਂ ਵਿੱਚ ਵੀ ਕਦੇ ਨਾ ਰਹਿਣ ਗੁੱਝੇ, ਬਈ ਰੋਗ ਸੋਗ ਨਾ ਤਿਆਗੀ ਨੂੰ ਪੋ ਸਕਦੇ। ਰੋਗ ਸ਼ੁਕਰੀਆ ਰੋਗ ਸੋਗ ਨਾ ਤਿਆਗੀ ਨੂੰ ਪੋ ਸਕਦੇ, ਇਹ ਵੀ ਕਾਦਰ ਦੀ ਕਲਾ ਅਜੀਬ ਕੋਈ, ਬਈ ਮੱਧ ਮਿਸ਼ਰੀ ਤੋਂ ਮਿੱਠਾ ਸਦਾ ਸੱਚ ਹੁੰਦਾ, ਕੂੜ ਵਰਗੀ ਨਾ ਹੁੰਦੀ ਕੌੜੀ ਚੀਜ਼ ਕੋਈ। ਬੰਗਰ ਸਾਹਿਬ, ਕੂੜ ਵਰਗੀ ਨਾ ਹੁੰਦੀ ਕੌੜੀ ਚੀਜ਼ ਕੋਈ, ਕੂੜ ਵਰਗੀ ਨਾ ਹੁੰਦੀ ਕੌੜੀ ਚੀਜ਼ ਕੋਈ। ਵਾਹ ਜੀ ਵਾਹ। ਅਗਲਾ ਬੰਦਵਾ ਮੇਰੇ ਵੀਰ ਜੀ, ਬਈ ਜੇਕਰ ਗੱਲ ਅਕਲ ਦੀ ਕਰੇ ਨਾ ਅਕਲਮੰਦ ਕੋਈ, ਜੇਕਰ ਗੱਲ ਅਕਲ ਦੀ ਕਰੇ ਨਾ ਅਕਲਮੰਦ ਕੋਈ, ਉਹਦੇ ਪੱਲੇ ਬੇਅਕਲੀ ਦੀ ਰਾਸ ਹੁੰਦੀ, ਮਨ ਜਿੱਤ ਕੇ ਜੱਗ ਨੂੰ ਜਿੱਤ ਲੈਣਾ, ਤਿਆਗੀ ਪੁਰਸ਼ ਦੀ ਤਾਕੀਰ ਇਹ ਖਾਸ ਹੁੰਦੀ। ਜੇਕਰ ਗੱਲ ਅਕਲ ਦੀ ਕਰੇ ਨਾ ਅਕਲਮੰਦ ਕੋਈ, ਉਹਦੇ ਪੱਲੇ ਬੇਅਕਲੀ ਦੀ ਰਾਸ ਹੁੰਦੀ, ਉਹ ਮਨ ਜਿੱਤ ਕੇ ਜੱਗ ਨੂੰ ਜਿੱਤ ਲੈਣਾ, ਤਿਆਗੀ ਪੁਰਸ਼ ਦੀ ਤਾਸੀਰ ਇਹ ਖਾਸ ਹੁੰਦੀ।
ਬਈ ਜਿਹੜਾ ਕਾਤਲ ਪਾਸ ਚੱਲ ਕੇ ਆਪ ਜਾਏ। ਬੰਗੜ ਸਾਹਿਬ, ਜਿਹੜਾ ਕਾਤਲ ਪਾਸ ਚੱਲ ਕੇ ਆਪ ਜਾਏ, ਸੁਨਹਿਰੀ ਇਤਿਹਾਸ ਉਹੀ ਬਣਾ ਸਕਦਾ ਹੈ ਬਈ ਜਿਹਨੇ ਜਨਮ ਹੀ ਮੌਤ ਚੁਣ ਲਿਆ ਹੋਵੇ, ਗੰਗਾ ਪੁੱਠੀ ਉਹੀ ਵਹਾ ਸਕਦਾ ਹੈ। ਬੰਗੜ ਸਾਹਿਬ, ਗੰਗਾ ਪੁੱਠੀ ਉਹੀ ਵਹਾ ਸਕਦਾ ਹੈ, ਉਹੀ ਵਹਾ ਸਕਦਾ। ਵਾਹ ਜੀ ਵਾਹ, ਬਿਲਕੁਲ ਬਿਲਕੁਲ ਸੱਚ ਹੋਣਾ ਜੀ, ਚਿੱਟੇ ਦਿਨ ਵਰਗਾ। ਹਾਂ ਬਈ ਸੱਚ, ਅਗਲਾ ਬੰਦ ਹੋਇਆ ਜੀ, ਸੱਚ ਪੱਖੋਂ ਹੋਵੇ ਸਚਿਆਰ ਜਿਹੜਾ, ਸੱਚ ਪੱਖੋਂ ਹੋਵੇ ਸਚਿਆਰ ਜਿਹੜਾ, ਝੂਠ ਦੇ ਉਹੀ ਲਾ ਸਕਦਾ ਹੈ, ਸ਼ਸਤਰ ਵਿਦਿਆ ਚ ਹੋਏ ਨਿਪੁੰਨ ਪੂਰਾ, ਉਹੀ ਤੇਗ ਦੇ ਜੋਰ ਵਿਖਾ ਸਕਦਾ। ਵਾਹ ਜੀ ਵਾਹ, ਉਹਨੇ ਨੇ ਜੰਗ ਚ ਦਿਖਾ ਲਿਆ ਤਾਂ ਫਿਰ ਤੇਗ ਬਹਾਦਰ ਕਹਿਤਾ ਮਹਾਰਾਜ ਨੇ। ਹਾਂਜੀ ਹਾਂਜੀ, ਸੱਚ ਪੱਖੋਂ ਹੋਵੇ ਸਚਿਆਰ ਜਿਹੜਾ, ਆਹੂ ਝੂਠ ਦੇ ਉਹੀ ਲਾ ਸਕਦਾ ਹੈ, ਸ਼ਸਤਰ ਵਿਦਿਆ ਚ ਹੋਏ ਨਿਪੁੰਨ ਪੂਰਾ, ਉਹੀ ਤੇਗ ਦੇ ਜੋਰ ਵਿਖਾ ਸਕਦਾ ਹੈ, ਇਸਦੇ ਸਿਰ ਤੇ ਜ਼ਿੰਮੇਵਾਰੀ ਦੀ ਪੰਡ ਹੋਵੇ, ਜਿਸਦੇ ਸਿਰ ਤੇ ਜ਼ਿੰਮੇਵਾਰੀ ਦੀ ਪੰਡ ਹੋਵੇ, ਉਹੀ ਧਰਮ ਪਤਨੀ ਨੂੰ ਵਿਧਵਾ ਬਣਾ ਸਕਦਾ ਹੈ, ਮੋਹ ਮਾਇਆ ਤੋਂ ਲਿਆ ਸੰਨਿਆਸ ਜਿਹਨੇ, ਉਹੀ ਇਕਲੌਤੇ ਪੁੱਤਰ ਨੂੰ ਯਤੀਮ ਬਣਾ ਸਕਦਾ ਹੈ, ਮੋਹ ਮਾਇਆ ਤੋਂ ਲਿਆ ਸੰਨਿਆਸ ਜਿਹਨੇ, ਉਹੀ ਇਕੱਲੇ ਉਹੀ ਇਕਲੌਤੇ ਪੁੱਤਰ ਨੂੰ ਯਤੀਮ ਬਣਾ ਸਕਦਾ ਹੈ। ਬੰਗੜ ਸਾਹਿਬ, ਉਹੀ ਇਕਲੌਤੇ ਪੁੱਤਰ ਨੂੰ ਯਤੀਮ ਬਣਾ ਸਕਦਾ ਹੈ। ਵਾਹ ਜੀ ਵਾਹ, ਬਿਲਕੁਲ। ਆਖਰੀ ਦੋ ਲਾਈਨਾਂ ਨੇ ਵੀਰ ਜੀ, ਬਈ ਜਿਹਦੇ ਰੋਮ ਰੋਮ ਅੰਦਰ ਧਰਮ ਪ੍ਰਚੰਡ ਹੋਵੇ, ਹਾਂ ਧਰਮ ਵਿਖਾਵੇ ਵਾਲੀ ਚੀਜ਼ ਨੀ ਨਾ ਹੈ, ਨਾ ਜੀ ਨਾ, ਇਹਨੇ ਤਾਂ ਵਿਖਾਵੇ ਬਣਾਇਆ। ਹਾਂ, ਜਿਹਦੇ ਰੋਮ ਰੋਮ ਅੰਦਰ ਧਰਮ ਪ੍ਰਚੰਡ ਹੋਵੇ, ਉਹੀ ਬੇੜਾ ਧਰਮ ਦਾ ਪਾਰ ਲੰਘਾ ਸਕਦਾ ਹੈ, ਓਏ ਤੇਗ ਤਿਆਗ ਦਾ ਜਿਹੜਾ ਧਨੀ ਭੁਗਲ, ਤੇਗ ਬਹਾਦਰ ਉਹੀ ਕਹਿਲਾ ਸਕਦਾ ਹੈ, ਓਏ ਤੇਗ ਤਿਆਗ ਦਾ ਜਿਹੜਾ ਧਨੀ ਭੁਗਲ, ਤੇਗ ਬਹਾਦਰ ਉਹੀ ਕਹਿਲਾ ਸਕਦਾ ਹੈ, ਯਾਰੋ ਤੇਗ ਬਹਾਦਰ ਉਹੀ ਕਹਿਲਾ ਸਕਦਾ ਹੈ। ਤੇਗ ਬਹਾਦਰ ਉਹੀ ਕਹਿਲਾ ਸਕਦਾ। ਤੇ ਇਹ ਛੋਟੀ ਜਿਹੀ ਨਜ਼ਮ ਸੀਗੀ, ਲੰਮੀਆਂ ਲੰਮੀਆਂ ਬਹੁਤੀਆਂ ਹੈਗੀਆਂ, ਤੇ ਮੈਂ ਤਾਂ ਨੀ ਪੜ੍ਹੀ ਪਈ, ਸਮਾਂ ਨਾ ਬਹੁਤਾ ਲੱਗ ਜਾਏ, ਲੇਕਿਨ ਇਹ ਨਿਚੋੜ ਇਹੋ ਹੀ ਆ, ਜਿਹੜਾ ਜਿਹੜਾ ਤੇਗ ਤਿਆਗ ਵਿਰਾਗ ਦਾ ਧਨੀ ਹੋਵੇ, ਉਹਦੇ ਮੋਹਰੇ ਝੂਠ ਖੜ ਨਹੀਂ ਸਕਦਾ। ਤੇ ਉਹਨਾਂ ਨੇ ਕਰਕੇ ਦਿਖਾ ਦਿੱਤਾ, ਕਹਿਣੀ ਤੇ ਕਰਨੀ ਦੇ ਇੱਕ ਸਨ, ਸਿਰਫ ਕਹਿ ਨਹੀਂ ਦਿੱਤਾ ਔਰ ਕਰਕੇ ਦਿਖਾ ਲਿਆ। ਬਿਲਕੁਲ ਸਹੀ ਗੱਲ ਹੈ ਸਾਹਿਬ, ਦੇਖੋ ਇਹਨਾਂ ਦੀ ਗੁਰੂ ਸਾਹਿਬਾਨ ਦੀ ਕਿੰਨੀ ਕਿੰਨੀ ਦੇਖੋ ਕਿੰਨੀ ਕੁਰਬਾਨੀ ਆ, ਆਪਣੀ ਮਨੁੱਖਤਾ ਵਾਸਤੇ ਜਾਂ ਭਾਰਤ ਵਾਸਤੇ ਕਹਿ ਲਓ, ਤੇ ਚਲੋ ਅੱਜ ਜੋ ਮਰਜ਼ੀ ਜੋ ਹੋ ਰਿਹਾ ਪਰ ਲੇਕਿਨ ਗੁਰੂ ਸਾਹਿਬਾਨ ਨੇ ਦੇਖੋ ਆਪਣਾ ਪਰਿਵਾਰ ਵਾਰਤਾ ਦੱਸੇ ਪਾਤਸ਼ਾਹ ਨੇ, ਸਭ ਕੁਛ ਵਾਰਤਾ ਜੀ, ਸਭ ਕੁਛ ਵਾਰਤਾ, ਆਪ ਚੱਲ ਕੇ ਗਏ ਨੇ, ਦੱਸੋ ਕਿਹੜੇ, ਦੇਖੋ ਦੇਖੋ ਤੁਸੀਂ, ਇਹ ਕੌਣ ਕਰ ਸਕਦਾ, ਇਹ ਉਹ ਕਰ ਸਕਦਾ ਜਿਹੜਾ ਇੱਕ ਨਾਲ ਇੱਕ ਮਿਕ ਹੋਇਆ ਹੋਵੇ। ਬਿਲਕੁਲ ਬਿਲਕੁਲ ਸੱਚ ਹੈ, ਕੋਈ ਇਹਦੇ ਵਿੱਚ ਦੋ ਰਾਏ ਨਹੀਂ। ਹਾਂ ਬਿਲਕੁਲ ਸੱਚ ਹੈ। ਬਹੁਤ ਧੰਨਵਾਦ ਬੰਗੜ ਸਾਹਿਬ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਬਿਲਕੁਲ ਸੱਚ ਕੀਤੀ ਗੱਲ, ਤੇਗ ਬਹਾਦਰ ਬਣਨਾ ਕਿਤੇ ਖੇਲ ਪਈ ਆ, ਜਿਹੜਾ ਆਪਣਾ ਸੀਸ ਦੇਣਾ ਔਰ ਜ਼ੁਲਮ ਦੇ ਖਿਲਾਫ਼ ਖੜ੍ਹੇ ਹੋਣਾ, ਅਤੇ ਬਹੁਤ ਵੱਡੀ ਗੱਲ ਹੋਈ ਆ। ਜੀਆਂ ਨੂੰ ਜੀ, ਜੈ ਗੁਰਦੇਵ। ਜੈ ਗੁਰਦੇਵ, ਸਤਿ ਸ਼੍ਰੀ ਅਕਾਲ ਜੀ। ਬਿੰਦਰਾ ਸਾਹਿਬ ਜੀ, ਆਇਆਂ ਨੂੰ ਜੀ, ਕੀ ਹਾਲ ਚਾਲ? ਵਧੀਆ ਜੀ, ਥੈਂਕ ਯੂ ਜੀ। ਠੀਕ ਹੈ ਜੀ, ਅੱਜ ਕੀ ਲੈ ਕੇ ਆਇਆ? ਗੁਰੂ ਨਾਨਕ ਦੇਵ ਜੀ ਦਾ ਆਪੇ ਪ੍ਰਕਾਸ਼ ਪੁਰਬ ਤੇ ਲਾਸਟ ਵੀਕ ਸੀ, 15 ਤਰੀਕ ਨੂੰ। ਹਾਂਜੀ,
ਹਾਲਾਂ ਵੀ ਕਈ ਜਗ੍ਹਾ ਕੀਰਤਨ ਦਰਬਾਰ ਲੱਗ ਰਹੇ ਨੇ, ਆਪਣੇ ਨਗਰ ਕੀਰਤਨ ਚੱਲ ਰਹੇ ਨੇ। ਬਿਲਕੁਲ, ਇੱਕ ਹਫ਼ਤਾ ਹੋਇਆ ਸਾਂਝੀ ਕਰਾਂ ਤੁਹਾਡੇ ਨਾਲ, ਕਰੋ ਜੀ। ਜਲਦੀ ਜਲਦੀ ਬੋਲਣੀ ਪਈ ਮੈਨੂੰ, ਕੋਈ ਟਾਈਮ ਘੱਟ ਸੀਗਾ। ਹਾਂਜੀ, ਅਤੇ ਇੱਕ ਡਾਕਟਰ ਇਕਬਾਲ ਨੇ ਇੱਕ ਸ਼ੇਅਰ ਲਿਖਿਆ ਸੀ ਉਹਨਾਂ ਦੀ ਆਮਦਨ ਦੇ ਉੱਤੇ। ਹਾਂ, ਲਿਖਿਆ ਸੀ ਜੀ, ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ। ਹਾਂ, ਫਿਰ ਉੱਠੀ ਆਖਿਰ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਾਲਸੇ। ਬਿਲਕੁਲ, ਉਹਨੇ ਕਿਹਾ ਸੀ, ਉਹਨੇ ਜਗਾਇਆ ਖਾਲਸੇ। ਅਤੇ ਮੈਂ ਉਹਨਾਂ ਦੇ ਆਗਮਨ ਦੇ ਉੱਤੇ, ਜੀਵਨ ਦੇ ਉੱਤੇ ਇੱਕ ਕਰਦਾ ਥੋੜ੍ਹੀ ਜੀ। ਹਾਂਜੀ ਬੋਲੋ। ਮਾਤਾ ਤ੍ਰਿਪਤਾ ਤੇ ਘਰ ਸੀ ਲਾਲ ਆਇਆ। ਹਾਂ, ਮਾਤਾ ਤ੍ਰਿਪਤਾ ਦੇ ਘਰ ਸੀ ਲਾਲ ਆਇਆ, ਪਿਤਾ ਕਾਲੂ ਨੇ ਰੱਖਿਆ ਨਾਮ ਨਾਨਕ। ਬਿਲਕੁਲ, ਪਿਤਾ ਕਾਲੂ ਨੇ ਰੱਖਿਆ ਨਾਮ ਨਾਨਕ, ਕੱਲ ਜੁਗ ਦੀ ਧੁੰਦ ਮਿਟਾਉਣ ਆਇਆ। ਕੱਲ ਜੁਗ ਦੀ ਧੁੰਦ ਮਿਟਾਉਣ ਆਇਆ, ਬੇਬੇ ਨਾਨਕੀ ਦੀ ਸੀ ਜਾਨ ਨਾਨਕ। ਕੱਲ ਜੁਗ ਦੀ ਧੁੰਦ ਮਿਟਾਉਣ ਆਇਆ, ਬੇਬੇ ਨਾਨਕੀ ਦੀ ਸੀ ਜਾਨ ਨਾਨਕ, ਬਾਲੇ ਮਰਦਾਨੇ ਨੂੰ ਕਹਿੰਦਾ ਸੀ ਪਾਈ। ਬਾਲੇ ਮਰਦਾਨੇ ਨੂੰ ਕਹਿੰਦਾ ਸੀ ਪਾਈ, ਜਿਹਨਾਂ ਨਾਲ ਫਿਰਿਆ ਸਾਰਾ ਜਹਾਨ ਨਾਨਕ। ਜਿਹਨਾਂ ਨਾਲ ਫਿਰਿਆ ਸਾਰਾ ਜਹਾਨ ਨਾਨਕ, ਪਾਉਂਦੇ ਤਾਂ ਵੀ ਸਬਕ ਪੜ੍ਹਾ ਆਇਆ। ਵਾਹ ਜੀ ਵਾਹ, ਪਾਉਂਦੇ ਤਾਂ ਵੀ ਸਬਕ ਪੜ੍ਹਾ ਆਇਆ, ਜੰਜੂ ਕੀਤਾ ਨਾ ਸੀ ਪਰਵਾਨ ਨਾਨਕ। ਪਾਉਂਦੇ ਤਾਂ ਵੀ ਸਬਕ ਪੜ੍ਹਾ ਆਇਆ, ਜੰਜੂ ਕੀਤਾ ਨਾ ਸੀ ਪਰਵਾਨ ਨਾਨਕ, ਭੇਜਿਆ ਵਣਜ ਕਰਨ ਸੌਦਾ ਸੱਚਾ ਕਰ ਆਇਆ। ਵਾਹ ਜੀ ਵਾਹ, ਭੇਜਿਆ ਵਣਜ ਕਰਨ ਸੌਦਾ ਸੱਚਾ ਕਰ ਆਇਆ, ਲਾਚਾਰਿਆਂ ਨੂੰ ਖਿਲਾ ਕੇ ਪਕਵਾਨ ਨਾਨਕ। ਲਾਚਾਰਿਆਂ ਨੂੰ ਖਵਾ ਕੇ ਪਕਵਾਨ ਨਾਨਕ, ਡੰਗਰ ਚਾਰਦਾ ਵੇਖਿਆ ਬੇਲਿਆਂ ਦੇ ਵਿੱਚ। ਡੰਗਰ ਚਾਰਦਾ ਵੇਖਿਆ ਵਿੱਚ ਬੇਲਿਆਂ ਦੇ, ਬਣਿਆ ਪਹਿਲੀਆਂ ਦੀ ਸੀ ਸ਼ਾਨ ਨਾਨਕ। ਬਣਿਆ ਪਹਿਲੀਆਂ ਦੀ ਸੀ ਸ਼ਾਨ ਨਾਨਕ, ਮੁੱਖ ਤੇ ਦੇਖ ਕੇ ਹੋਈ ਸਰਪ ਦੀ ਛਾਇਆ। ਮੁੱਖ ਤੇ ਦੇਖ ਕੇ ਹੋਈ ਸਰਪ ਦੀ ਛਾਇਆ, ਲੰਘਦੇ ਰਾਹੀ ਵੀ ਕੀਤੇ ਹੈਰਾਨ ਨਾਨਕ। ਵਾਹ ਜੀ ਵਾਹ, ਲੰਘਦੇ ਰਾਹੀ ਵੀ ਕੀਤੇ ਹੈਰਾਨ ਨਾਨਕ, ਦਇਆ ਧਰਮ ਦੀ ਤਕੜੀ ਤੋਲਦਾ ਸੀ। ਦਇਆ ਧਰਮ ਦੀ ਤਕੜੀ ਤੋਲਦਾ ਸੀ, ਤੇਰਾ ਤੇਰਾ ਜਪ ਕੇ ਨਾਮ ਨਾਨਕ। ਦਇਆ ਧਰਮ ਦੀ ਤਕੜੀ ਤੋਲਦਾ ਸੀ, ਤੇਰਾ ਤੇਰਾ ਜਪ ਕੇ ਨਾਮ ਨਾਨਕ। ਮੋਦੀ ਖਾਨੇ ਦਾ ਜ਼ਿਆਦਾ ਹਿਸਾਬ ਹੋਇਆ। ਮੋਦੀ ਖਾਨੇ ਦਾ ਜ਼ਿਆਦਾ ਹਿਸਾਬ ਹੋਇਆ, ਰਾਏ ਬੁਲਾ ਦਾ ਬਣਿਆ ਈਮਾਨ ਨਾਨਕ। ਮੋਦੀ ਖਾਨੇ ਦਾ ਜਦ ਹਿਸਾਬ ਹੋਇਆ, ਰਾਏ ਬੁਲਾ ਦਾ ਹੋਇਆ ਬਣਿਆ ਈਮਾਨ ਨਾਨਕ, ਮਲਕ ਭਾਗੋ ਦਾ ਬ੍ਰਹਮ ਭੋਜ ਠੁਕਰਾ ਦਿੱਤਾ। ਮਲਕ ਬ੍ਰਹਮ ਭੋਜ ਠੁਕਰਾ ਦਿੱਤਾ, ਭਾਈ ਲਾਲੋ ਦਾ ਬਣ ਕੇ ਮਹਿਮਾਨ ਨਾਨਕ। ਮਲਕ ਭਾਗੋ ਦਾ ਬ੍ਰਹਮ ਭੋਜ ਠੁਕਰਾ ਦਿੱਤਾ, ਭਾਈ ਲਾਲੋ ਦਾ ਬਣ ਕੇ ਮਹਿਮਾਨ ਨਾਨਕ। ਵਲੀ ਕਲਾਰੀ ਅਹੰਕਾਰੀ ਕਮੰਡਣੇ ਤੋੜਿਆ ਸੀ। ਵਲੀ ਅਹੰਕਾਰੀ ਦਾ ਕਮੰਡ ਤੋੜਿਆ ਸੀ, ਪੱਥਰ ਵਿੱਚ ਲਾ ਕੇ ਪੰਜੇ ਦਾ ਨਿਸ਼ਾਨ ਨਾਨਕ। ਵਾਹ ਜੀ ਵਾਹ, ਵਲੀ ਕਲਾਰੀ ਅਹੰਕਾਰੀ ਦਾ ਕਮੰਡ ਤੋੜਿਆ ਸੀ, ਪੱਥਰ ਵਿੱਚ ਲਾ ਕੇ ਪੰਜੇ ਦਾ ਨਿਸ਼ਾਨ ਨਾਨਕ। ਸੱਪਤੇ ਕੜਾਹ ਵੀ ਸਨ ਠਾਰ ਦਿੱਤੇ। ਸੱਪਤੇ ਕੜਾਹ ਵੀ ਸਨ ਠਾਰ ਦਿੱਤੇ, ਕੌਡੇ ਰਾਕਸ਼ ਨੂੰ ਬਣਾਇਆ ਇਨਸਾਨ ਨਾਨਕ। ਸੱਪਤੇ ਕੜਾਹ ਵੀ ਸਨ ਠਾਰ ਦਿੱਤੇ, ਕੌਡੇ ਰਾਕਸ਼ ਨੂੰ ਬਣਾਇਆ ਇਨਸਾਨ ਨਾਨਕ। ਹੱਕ ਹਲਾਲ ਦੀ ਕਮਾਈ ਦਾ ਉਪਦੇਸ਼ ਦੇ ਕੇ। ਬਿਲਕੁਲ, ਹੱਕ ਹਲਾਲ ਦੀ ਕਮਾਈ ਦਾ ਉਪਦੇਸ਼ ਦੇ ਕੇ, ਛਡਾਇਆ ਭੂਮੀਆਂ ਤੋਂ ਕਰਨਾ ਨਮਕ ਹਰਾਮ ਨਾਨਕ। ਬਾਜੀ ਵਾਹ, ਛਡਾਇਆ ਭੂਮੀਆਂ ਤੋਂ ਕਰਨਾ ਨਮਕ ਹਰਾਮ ਨਾਨਕ। ਕਹਿੰਦੇ ਸਿੱਧ ਗੋਸ਼ਤ
ਸਮਝਦੇ ਸਨ ਜਿਹਨੂੰ ਬਾਲਕ, ਸਿੱਧ ਗੋਸ਼ਤ ਸਮਝਦੇ ਸਨ ਜਿਸ ਨੂੰ ਬਾਲਕ, ਆਖਰ ਉਹਨਾਂ ਨੇ ਕੀਤਾ ਸਨਮਾਨ ਨਾਨਕ। ਵਾਹ ਜੀ ਵਾਹ। ਸਰ ਉਹਨਾਂ ਨੇ ਕੀਤਾ ਤੇਰਾ ਸਨਮਾਨ ਨਾਨਕ, ਮੱਕਾ ਚੌਹੀ ਪਾਸੀ, ਮੱਕਾ ਚੌਹੀ ਪਾਸੀ ਦੇਖ ਕੇ ਕਾਜ਼ੀ, ਮੱਕਾ ਚੌਹੀ ਪਾਸੀ ਦੇਖ ਕੇ ਸਾਰੇ ਕਾਜ਼ੀ, ਮੁੱਲਾ ਕਾਜ਼ੀ ਤੇ ਹੈਰਾਨ ਹੋਏ ਮੁਸਲਮਾਨ ਨਾਨਕ। ਟਿੱਕੇ ਚਰਨੀ ਮੁੱਲਾ ਕਾਜ਼ੀ ਤੇ ਸਾਰੇ ਮੁਸਲਮਾਨ ਨਾਨਕ, ਸਿੱਖ ਸਿੱਖ ਧਰਮ ਦਾ ਸੱਚਾ ਬਾਣੀ ਸੀ ਉਹ। ਵਾਹ ਜੀ ਵਾਹ। ਸਿੱਖ ਧਰਮ ਦਾ ਸੱਚਾ ਬਾਣੀ ਸੀ ਉਹ, ਕਈਆਂ ਆਖਿਆ ਨਾ ਹਿੰਦੂ ਤੇ ਮੁਸਲਮਾਨ ਨਾਨਕ, ਕਈਆਂ ਆਖਿਆ ਨਾ ਹਿੰਦੂ ਤੇ ਮੁਸਲਮਾਨ ਨਾਨਕ, ਭਲਾ ਸਰਬੱਤ ਦਾ ਜੋ ਵੀ ਮੰਗਦਾ ਹੈ, ਭਲਾ ਸਰਬੱਤ ਦਾ ਜੋ ਵੀ ਮੰਗਦਾ ਹੈ, ਚੜ੍ਹਦੀ ਕਲਾ ਵਿੱਚ ਰਹੇ ਇਨਸਾਨ ਨਾਨਕ। ਵਾਹ ਜੀ ਵਾਹ। ਚੜ੍ਹਦੀ ਕਲਾ ਵਿੱਚ ਰਹੇ ਇਨਸਾਨ ਨਾਨਕ, ਭਾਈ ਲੈਣੇ ਨੂੰ ਗੁਰ ਅੰਗਦ ਬਣਾ ਦਿੱਤਾ, ਭਾਈ ਲੈਣੇ ਨੂੰ ਗੁਰ ਅੰਗਦ ਬਣਾ ਦਿੱਤਾ, ਬਣ ਕੇ ਉਸਦਾ ਮੇਜ਼ਬਾਨ ਨਾਨਕ, ਬਣ ਕੇ ਉਸਦਾ ਮੇਜ਼ਬਾਨ ਨਾਨਕ। ਵਾਹ ਜੀ ਵਾਹ। ਲੈਣੇ ਨੂੰ ਗੁਰੂ ਅੰਗਦ ਬਣਾ ਦਿੱਤਾ, ਬਣ ਕੇ ਉਸਦਾ ਮੇਜ਼ਬਾਨ। ਵਾਹ ਜੀ ਵਾਹ। ਮੇਜ਼ਬਾਨ ਸਹੀ ਗੱਲ ਹੈ। ਚਾਰ ਲਾਈਨਾਂ ਹੈ ਜੀ। ਬੇਬੇ ਨਾਨਕੀ ਜੀ ਹਮੇਸ਼ਾ ਉਹਨਾਂ ਨੂੰ ਉਹਨਾਂ ਦੀ ਉਡੀਕ ਹੁੰਦੀ ਸੀ, ਜਦੋਂ ਬਾਹਰ ਉਦਾਸੀਆਂ ਤੇ ਜਾਂਦੇ ਸੀ ਤਾਂ ਬੜੀ ਵਿਆਕਰ ਹੋ ਜਾਂਦੀ ਸੀ, ਤੇ ਜਦੋਂ ਕਹਿੰਦੇ ਯਾਦ ਕਰਦੇ ਸੀ ਤੇ ਉਹ ਕਹਿੰਦੇ ਸੀ ਮਰਦਾਨੇ ਚੱਲ ਮਰਦਾਨਿਆ, ਬੇਬੇ ਯਾਦ ਕਰਦੀ ਸੀ। ਆ ਕਹਿੰਦੇ ਦੂਰ ਵਸਿੰਦਿਆਂ ਵੀਰਾ ਆਜਾ, ਤੇਰੀਆਂ ਲਾਈਆਂ ਦੂਰ ਵਸਿੰਦਿਆਂ ਵੀਰਾ ਆਜਾ, ਤੇ ਤੂੰ ਕਾਹਨੂੰ ਤੇਰੀਆਂ ਲਾਈਆਂ, ਖੁੱਲਿਆ ਫੁਲਕਾ ਵੇਖ ਸਵੇ ਤੇ ਮੈਨੂੰ ਤੇਰੀਆਂ ਯਾਦਾਂ ਆਈਆਂ। ਵਾਹ ਜੀ ਵਾਹ। ਖੁੱਲਿਆ ਫੁਲਕਾ ਵੇਖ ਸਵੇ ਤੇ ਮੈਨੂੰ ਤੇਰੀਆਂ ਯਾਦਾਂ ਆਈਆਂ, ਨਾ ਕੋਈ ਸੁੱਖ ਸੁਨੇਹਾ ਕੱਲਿਆ, ਨਾ ਕੋਈ ਸੁੱਖ ਸੁਨੇਹਾ ਕੱਲਿਆ, ਨਾ ਲਿਖ ਚਿੱਠੀਆਂ ਪਾਈਆਂ, ਨਾ ਕੋਈ ਸੁੱਖ ਸੁਨੇਹਾ ਕੱਲਿਆ, ਨਾ ਲਿਖ ਚਿੱਠੀਆਂ ਪਾਈਆਂ, ਆ ਮਿਲ ਜਾ ਇੱਕ ਵਾਰ ਵੀਰ ਨਾ, ਆ ਜਾ ਇੱਕ ਮਿਲ ਮਿਲਦਾਰ ਵੀਰ ਨਾ, ਤੇ ਮੈਂ ਫਿਰਦੀ ਵਾਂਗ ਸਦਾਈਆਂ, ਆ ਜਾ ਤੱਕਦੀ ਵਾਂਗ ਸਦਾਈਆਂ। ਵਾਹ ਜੀ ਵਾਹ। ਬਹੁਤ ਪਿਆਰ ਸੀ। ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੇ ਆਉਣ ਵਾਲੇ ਸਾਰਿਆਂ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਿੰਦਰਾ ਸਾਹਿਬ। ਬਾਕੀ ਬੇਬੇ ਨਾਨਕੀ ਦਾ ਆਪਣੇ ਵੀਰ ਨਾਲ ਬਹੁਤ ਪਿਆਰ ਸੀ, ਔਰ ਬਹੁਤ ਵਾਰੀ ਉਹਨਾਂ ਨੇ ਉਹਨੂੰ ਯਾਦ ਕੀਤਾ ਅਤੇ ਬਹੁਤ ਸੋਹਣੇ ਉਹਨਾਂ ਦੇ ਲੋਕਾਂ ਨੇ ਗੀਤ ਵੀ ਲਿਖੇ ਆ, ਅਤੇ ਭੈਣ ਨਾਨਕੀ ਦਾ ਵੀਰ ਅੱਜ ਹੋਇਆ ਫਕੀਰ ਨੇ, ਬਹੁਤ ਲੋਕਾਂ ਨੇ ਕਈ ਪ੍ਰਕਾਰ ਦੇ ਗੀਤ ਲਿਖੇ ਆ। ਹਾਂਜੀ ਜੀ, ਆਨੋ ਜੀ, ਜੈ ਗੁਰਦੇਵ ਜੀ। ਜੈ ਗੁਰਦੇਵ ਜੀ, ਬਲਵੀਰ ਬਸਰਾ ਬੋਲ ਰਹੇ। ਹਾਂਜੀ ਬਲਵੀਰ ਬਸਰਾ ਜੀ, ਜੀ ਆਨੋ, ਕੀ ਹਾਲ ਜੀ? ਬਹੁਤ ਵਧੀਆ ਮਹਾਰਾਜ, ਤੁਹਾਡਾ ਪ੍ਰੋਗਰਾਮ ਹਮੇਸ਼ਾ ਹੀ ਤਰ੍ਹਾਂ ਚੜ੍ਹਦੀ ਕਲਾ 'ਚ ਚੱਲ ਰਿਹਾ। ਹਾਂਜੀ, ਜਿੰਨੇ ਜੀ ਸਰੋ ਪਿਆਰੇ ਹੈਗੇ ਆ, ਅਤੇ ਬਹੁਤ ਸੋਹਣੀਆਂ ਗੱਲਬਾਤ ਜਿਹਾ ਚੱਲ ਰਹੀ ਹੈਗੀ ਆ, ਬਹੁਤ ਵਧੀਆ ਆਪਣੇ ਪਿਆਰ ਨਾਲ ਸਾਰਿਆਂ ਜੋੜ ਰਹੇ। ਹਾਂਜੀ, ਤੁਸੀਂ ਕੀ ਲੈ ਕੇ ਆਏ ਆ? ਜੀ ਹਾਂ ਬਿਲਕੁਲ, ਮੈਂ ਵੀ ਇੱਕ ਦੱਸਣਾ ਚਾਹੁੰਦਾ ਕਵਿਤਾ, ਮੈਂ ਅੱਜ ਸਰੋਤਿਆਂ ਦੀ ਇੱਕ ਲੋਕ ਤੱਤ ਲੈ ਕੇ ਆਇਆ ਆਪਣੇ ਲਿਖਿਓ, ਅਤੇ ਇਹੋ ਤੁਹਾਨੂੰ ਪਤਾ ਜਿਹੜੇ ਲੋਕ ਤੱਤ ਹੁੰਦੇ ਆ, ਇਹੋ ਸਿਰਫ ਲੋਕਾਂ ਦੀ ਹੀ ਗੱਲ ਹੁੰਦੀ ਹੈਗੀ ਆ। ਹਾਂਜੀ, ਆਪਾਂ ਆਮ ਤੌਰ 'ਤੇ ਕਹਾਵਤ ਸੁਣਦੇ ਹੁੰਦੇ ਹਾਂ ਸਿਆਣਿਆਂ ਦੀ, ਕੋਈ ਗੱਲ ਕਰਨ ਕਹਿੰਦੇ ਹੁੰਦੇ ਨਾ, ਕਹਿੰਦੇ ਉਹ ਜਿਹੜਾ ਬੰਦਾ ਹੈ ਮੂੰਹ ਦਾ ਕੌੜਾ ਆ ਦਿਲ ਦਾ ਸਾਫ਼ ਆ, ਹੈ ਨਾ। ਪਰ ਮੈਂ ਨਾ ਕਈ ਵਾਰੀ ਆਪਣੀ ਜ਼ਿੰਦਗੀ 'ਚ ਦੇਖਿਆ, ਚਲੋ ਸਾਡੀ ਵੀ ਹੁਣ ਕਾਫ਼ੀ ਉਮਰ ਹੋ ਗਈ ਹੈਗੀ ਆ, ਮੈਨੂੰ ਮੂੰਹ ਦਾ ਕੌੜਾ ਜਿਹੜਾ ਬੰਦਾ ਦਿਲ ਦਾ ਸਾਫ਼ ਅਜੇ ਤੱਕ ਮਰਿਆ ਨਹੀਂ ਹੈਗਾ, ਕਿਉਂਕਿ ਜਦ ਬੰਦਾ ਮੂੰਹ ਦਾ ਕੌੜਾ ਦਿਲ ਤੱਕ ਤਾਂ ਪਹੁੰਚਣ ਦਿੰਦਾ ਨਹੀਂ ਹੈਗਾ, ਹੈ ਨਾ, ਬੰਦਾ ਬੰਦਾ ਪਹਿਲਾਂ ਹੀ ਘਬਰਾ ਜਾਂਦਾ ਖਰਾ ਇਹਨੇ ਇਹਨੇ ਕੀ ਕਹਿਣਾ ਹੈਗਾ। ਇਹੋ ਚੀਜ਼ ਵਾ
ਇਹਦੇ ਨਾਲ ਮੇਰੇ ਖਿਆਲ 'ਚ ਨਾ ਕੰਸਟੀਟਿਊਟ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਮੇਰੇ ਆਪਣੇ ਬੱਚਿਆਂ ਦਾ ਸਾਰੇ ਉਹ ਮੈਂ ਪੇਸ਼ ਕਰ ਰਿਹਾ ਹੈਗਾ ਅਤੇ ਅੱਜ ਤੱਕ ਮੈਂ ਜ਼ਿੰਦਗੀ 'ਚ ਸੁਣਿਆ ਹੈਗਾ, ਪਰ ਇਹ ਗੱਲ ਕਿੰਨੀ ਸੱਚੀ ਆ ਉਹਦੇ ਨਾਲ ਪੇਸ਼ ਕਰਨ ਜਾ ਰਿਹਾ ਦੇ ਵਿੱਚ ਸੁਣਾਓ ਜੀ। ਹਾਂਜੀ, ਮੂੰਹ ਦੇ ਕੌੜੇ ਦੀ ਗੱਲ ਮੈਂ ਇੱਕ ਕਰੂੰਗਾ। ਉਹ ਜਿਹੜੇ ਧੁਖਦੇ ਰਹਿੰਦੇ ਉਹ ਹੁੰਦੇ, ਉਹ ਜਿਹੜੇ ਧੁਖਦੇ ਰਹਿੰਦੇ ਉਹ ਹੁੰਦੇ, ਇੱਕ ਦਿਨ ਤਾਂ ਪਖਦੇ ਨੇ ਉਹ, ਇੱਕ ਦਿਨ ਤਾਂ ਪਖਦੇ ਨੇ ਉਹ, ਜਿਹੜੇ ਮੂੰਹ ਦੇ ਕੌੜੇ, ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ, ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ, ਜਿਹੜੇ ਧੁਖਦੇ ਰਹਿੰਦੇ ਉਹ ਹੁੰਦੇ, ਉਹ ਜਿਹੜੇ ਧੁਖਦੇ ਰਹਿੰਦੇ ਉਹ ਹੁੰਦੇ, ਇੱਕ ਦਿਨ ਤਾਂ ਪਖਦੇ ਨੇ ਉਹ, ਇੱਕ ਦਿਨ ਤਾਂ ਪਖਦੇ ਨੇ, ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ, ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ, ਜੇ ਦਿਲ ਦੀ ਹੀ ਉਹ, ਜੇ ਦਿਲ ਦੀ ਹੀ ਗੱਲ ਸੱਜਣਾ ਉਹਦੇ ਮੂੰਹ ਤੇ ਆਉਂਦੀ ਏ, ਜੇ ਦਿਲ ਦੀ ਹੀ ਗੱਲ ਸੱਜਣਾ ਉਹਦੇ ਮੂੰਹ ਤੇ ਆਉਂਦੀ ਏ, ਜੋ ਰਸ ਘੋਲ ਦੀ ਰਸਨਾ ਫਿਰ ਇਹ ਕਿਉਂ ਤੜਫਾਉਂਦੀ ਏ, ਉਹ ਜੋ ਰਸ ਘੋਲ ਦੀ ਰਸਨਾ ਫਿਰ ਇਹ ਕਿਉਂ ਤੜਫਾਉਂਦੀ ਏ, ਇਹ ਭਰਮ ਭੁਲੇਖੇ ਪਾਉਣ ਲਈ, ਇਹ ਭਰਮ ਭੁਲੇਖੇ ਪਾਉਣ ਲਈ ਦੋਗਲੀ ਨੀਤੀ ਰੱਖਦੇ ਨੇ, ਜਿਹੜੇ ਮੂੰਹ ਦੇ ਕੌੜੇ, ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ, ਉਹ ਲੋਕੋ ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ। ਮਹਾਰਾਜ, ਇਸ ਗੀਤ ਵਿੱਚ ਜ਼ਿਆਦਾਤਰ ਮੇਰੀ ਆਪਣੀ, ਮੈਂ ਆਪ ਇਸ ਗੀਤ ਵਿੱਚ ਬਣਿਆ ਹਾਂ, ਜਿਹਨਾਂ ਲੋਕਾਂ ਨੂੰ ਮੈਂ ਰਸ ਘੋਲਦੇ ਦੇਖਦਾ ਸੀਗਾ, ਉਹਨਾਂ ਲੋਕਾਂ ਨੇ ਮਤਲਬ ਮੇਰੀ ਜ਼ਿੰਦਗੀ ਨਰਕ ਘੋਲਿਆ, ਇਸ ਕਰਕੇ ਮੇਰੀ ਚਾਹੀ ਲਿਖੀ ਆ। ਮੈਂ ਉਹਨਾਂ ਅੱਗੇ ਕੀ ਕਹਿ ਰਿਹਾ, ਉਹ ਕਈਆਂ ਰਾਮ ਨਾਮ ਰੱਖ ਮੂੰਹ ਤੇ ਦਿਲੀ ਛੁਪਾਈਆਂ ਛੁਰੀਆਂ ਨੇ, ਓਏ ਕਈਆਂ ਰਾਮ ਨਾਮ ਰੱਖ ਮੂੰਹ ਤੇ ਦਿਲੀ ਛੁਪਾਈਆਂ ਛੁਰੀਆਂ ਨੇ, ਇਹ ਬਰਿਆਈਆਂ ਸੱਚ ਝੂਠ ਨਾਲ ਮੁੜ ਤੋਂ ਜੁੜੀਆਂ ਨੇ, ਓਏ ਇਹ ਬਰਿਆਈਆਂ ਸੱਚ ਝੂਠ ਨਾਲ ਮੁੜ ਤੋਂ ਜੁੜੀਆਂ ਨੇ, ਇਹ ਮੂੰਹ ਬੁਖਾਰੀ ਦੱਸਦੇ ਹਾਏ, ਇਹ ਮੂੰਹ ਬੁਖਾਰੀ ਦੱਸਦੇ ਅੰਦਰੋਂ ਹੁੰਦੇ ਲੱਖਦੇ ਨੇ, ਜਿਹੜੇ ਮੂੰਹ ਦੇ ਕੌੜੇ, ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ, ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ, ਦਿਲੋਂ ਸੁਨੇਹੇ ਦੇ ਕੇ ਉਹ ਲੋਕੀ ਮੂੰਹ ਤੇ ਮੁੱਕਰਦੇ, ਕਈ ਦਿਲੋਂ ਸੁਨੇਹੇ ਦੇ ਕੇ ਲੋਕੀ ਮੂੰਹ ਤੇ ਮੁੱਕਰਦੇ, ਫਿਰ ਦੋਸ਼ ਦਿੰਦੇ ਨੇ ਰੱਬ ਨੂੰ ਜਦ ਇਹ ਪੈਰੋਂ ਉੱਖੜਦੇ, ਓਏ ਫਿਰ ਦੋਸ਼ ਦਿੰਦੇ ਨੇ ਰੱਬ ਨੂੰ ਜਦ ਇਹ ਪੈਰੋਂ ਉੱਖੜਦੇ, ਆਖਰ ਫਿਰ ਮੂੰਹ ਤੇ ਆਉਂਦੇ ਹਾਏ, ਆਖਰ ਫਿਰ ਮੂੰਹ ਤੇ ਆਉਂਦੇ ਬੋਲੇ ਬੋਲ ਜੋ ਅੱਕਦੇ ਨੇ, ਜਿਹੜੇ ਮੂੰਹ ਦੇ ਕੌੜੇ, ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ, ਉਹ ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ, ਐਦਾਂ ਦੇ ਲੋਕਾਂ ਨੂੰ ਨਾ ਲੈਂਦੀ ਤੇ ਝੜਦੀ ਏ ਹਾਏ, ਐਦਾਂ ਦੇ ਲੋਕਾਂ ਨੂੰ ਨਾ ਲੈਂਦੀ ਤੇ ਝੜਦੀ ਏ, ਇਹ ਆਪਣੀ ਸਦਾ ਮਨਾਉਣੇ ਦੇ ਵਿੱਚ ਰੱਖਦੇ ਮਰਜ਼ੀ ਨੇ, ਓਏ ਇਹ ਆਪਣੀ ਸਦਾ ਮਨਾਉਣੇ ਦੇ ਵਿੱਚ ਰੱਖਦੇ ਮਰਜ਼ੀ ਨੇ, ਇਹ ਸੱਤੀ ਪੀਂ ਦਾ ਹਿਸਾਬ, ਇਹ ਸੱਤੀ ਪੀਂ ਦਾ ਹਿਸਾਬ ਵੀ ਤਾਂ ਸੌ ਹੀ ਰੱਖਦੇ ਨੇ, ਜਿਹੜੇ ਮੂੰਹ ਦੇ ਕੌੜੇ, ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼ ਕਿਵੇਂ ਹੋ ਸਕਦੇ ਨੇ, ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ਼
ਕਿਵੇਂ ਹੋ ਸਕਦੇ ਨੇ ਓਏ ਸਮਾਂ ਆਉਣ ਤੇ ਓਏ ਸਮਾਂ ਆਉਣ ਤੇ ਮੂੰਹ ਦੇ ਕੌੜੇ ਹੱਥੀ ਉੱਤਰ ਆਉਂਦੇ ਓਏ ਸਮਾਂ ਆਉਣ ਤੇ ਮੂੰਹ ਦੇ ਕੌੜੇ ਹੱਥੀ ਉੱਤਰ ਆਉਂਦੇ ਫਿਰ ਦਿਲ ਦੇ ਸਾਫ ਨਗੀਨੇ ਉਮੀਦਾਂ ਖੂਬ ਚਾ ਪਾਉਂਦੇ ਫਿਰ ਦਿਲ ਦੇ ਸਾਫ ਨਗੀਨੇ ਉਮੀਦਾਂ ਖੂਬ ਚ ਜਾ ਪਾਉਂਦੇ ਵੱਲ ਵੀਰ ਖਨੌੜੇ ਪਾਲ ਇਹਨਾਂ ਵੱਲ ਓ ਵੀਰ ਖਨੌੜੇ ਪਾਲ ਇਹਨਾਂ ਵੱਲ ਖੜੇ ਹੀ ਤੱਕਦੇ ਨੇ ਜਿਹੜੇ ਮੂੰਹ ਦੇ ਕੌੜੇ ਹੈ ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ ਕਿਵੇਂ ਹੋ ਸਕਦੇ ਓ ਜਿਹੜੇ ਮੂੰਹ ਦੇ ਕੌੜੇ ਦਿਲ ਦੇ ਸਾਫ ਕਿਵੇਂ ਹੋ ਸਕਦੇ ਇਹ ਤਾਂ ਜੀ ਜਿਹਨਾਂ ਹੋਈ ਹੋਵੇ ਉਹਨੂੰ ਪਤਾ ਹੈ ਕਿਆ ਬਾਤ ਹੈ ਹੋ ਸਕਦਾ ਕਿ ਅੰਦਰੋਂ ਉਹ ਅੰਦਰੋਂ ਵੀ ਉਨੇ ਦਿਲ ਦੇ ਕਾਲੇ ਹੋਣ ਅਤੇ ਬਾਅਦ ਹੋ ਸਕਦਾ ਹੋ ਸਕਦਾ ਬਿਲਕੁਲ ਜੀ ਬਿਲਕੁਲ ਸ਼ੁਕਰੀਆ ਮਹਾਰਾਜ ਹਾਂਜੀ ਸਹੀ ਗੱਲ ਥੈਂਕ ਯੂ ਬਸਰਾ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਬਹੁਤ ਵਧੀਆ ਇੱਥੇ ਗਾ ਕੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਇਹ ਸੀ ਸਾਡੇ ਬਲਵੀਰ ਬਸਰਾ ਜੀ ਉਹ ਕਹਿੰਦੇ ਆ ਕਿ ਜਿਹੜੇ ਮੂੰਹ ਦੇ ਹੁੰਦੇ ਕੌੜੇ ਉਹ ਦਿਲ ਦੇ ਸਾਫ ਕਿਵੇਂ ਹੋ ਸਕਦੇ ਨੇ ਹਾਂਜੀ ਜੀ ਅਨੂ ਜੀ ਜੈ ਗੁਰਦੇਵ ਧੰਨ ਗੁਰਦੇਵ ਬੰਗੜ ਸਾਹਿਬ ਕੁਲਦੀਪ ਲੀਨਾ ਬੋਲਦਾ ਈਸਟ ਲੰਡਨ ਤੋਂ ਜੀ ਕੁਲਦੀਪ ਲੀਨਾ ਜੀ ਅਨੂ ਕੀ ਹਾਲ ਚਾਲ ਅਸੀਂ ਠੀਕ ਠਾਕ ਤੁਸੀਂ ਸੁਣਾਓ ਬਹੁਤ ਠੀਕ ਹੈ ਜੀ ਮਿਹਰਬਾਨੀ ਹੁਣ ਤੁਸੀਂ ਆ ਗਏ ਆ ਹੋਰ ਠੀਕ ਹੋ ਜਾਵਾਂਗੇ ਕਿਉਂਕਿ ਤੁਹਾਡੇ ਬੋਲ ਬਹੁਤ ਵਧੀਆ ਹੁੰਦੇ ਆ ਅੱਜ ਕੀ ਲੈ ਕੇ ਆਏ ਆ ਚਲੋ ਬੋਲੋ ਕਰ ਪਾਪ ਜਵਾਨੀ ਨੂੰ ਦਾਗ ਲਾਇਆ ਵਧੀਆਂ ਵਿੱਚ ਤੈਂ ਬਸ਼ਰ ਸ਼ਬਾਬ ਕੀਤਾ ਮਾਨਸ ਜਨਮ ਸੀ ਤੇਰਾ ਅਨਮੋਲ ਹੀਰਾ ਮੰਦੇ ਕੰਮਾਂ ਦੇ ਵਿੱਚ ਖਰਾਬ ਕੀਤਾ ਕਿਆ ਬਾਤ ਹੈ ਪੈਰ ਪੈਰ ਉੱਤੇ ਝੂਠ ਬੋਲਿਆ ਤੈਂ ਤੂੰ ਪਾਪ ਕੀਤਾ ਬੇਹਸਾਬ ਕੀਤਾ ਕਿਆ ਬਾਤ ਹੈ ਅੰਤ ਸਮੇਂ ਆਜ਼ਾਦ ਪਛਤਾਏਗਾ ਤੂੰ ਧਰਮ ਰਾਜ ਨੇ ਜਦੋਂ ਹਸਾਬ ਕੀਤਾ ਵਾਹ ਜੀ ਵਾਹ ਜਦੋਂ ਪੇਸ਼ ਤੈਨੂੰ ਰੱਬ ਦੇ ਹਜ਼ੂਰ ਕੀਤਾ ਜਾਣਾ ਤੇਰਾ ਬੰਦਿਆ ਗਰੂਰ ਚੂਰ ਚੂਰ ਕੀਤਾ ਜਾਣਾ ਜਦੋਂ ਪੇਸ਼ ਤੈਨੂੰ ਰੱਬ ਦੇ ਹਜ਼ੂਰ ਕੀਤਾ ਜਾਣਾ ਤੇਰਾ ਬੰਦਿਆ ਗਰੂਰ ਚੂਰ ਚੂਰ ਕੀਤਾ ਜਾਣਾ ਵਾਹ ਜੀ ਵਾਹ ਮਾਰ ਕੇ ਤੈਂ ਠਗੀਆਂ ਨੇ ਦੌਲਤਾਂ ਕਮਾਈਆਂ ਮਾਇਆ ਵਾਸਤੇ ਤੈਂ ਦਿੱਤੀਆਂ ਨੇ ਝੂਠੀਆਂ ਗਵਾਈਆਂ ਮਾਰ ਮਾਰ ਕੇ ਤੈਂ ਠਗੀਆਂ ਨੇ ਦੌਲਤਾਂ ਕਮਾਈਆਂ ਮਾਇਆ ਵਾਸਤੇ ਤੈਂ ਦਿੱਤੀਆਂ ਨੇ ਝੂਠੀਆਂ ਗਵਾਈਆਂ ਸੱਚ ਬੋਲਣੇ ਲਈ ਉੱਥੇ ਮਜਬੂਰ ਕੀਤਾ ਜਾਣਾ ਬਿਲਕੁਲ ਆ ਗਰੂਰ ਚੂਰ ਚੂਰ ਕੀਤਾ ਜਾਣਾ ਦੱਸ ਕਿਹੜੀ ਗੱਲੋਂ ਬੰਦੇ ਆ ਤੂੰ ਹੋਇਆ ਮਗਰੂਰ ਕੌਣ ਜਾਣੇ ਕਿਹੜੀ ਗੱਲ ਹੋਣੀ ਉਹਨੂੰ ਮਨਜ਼ੂਰ ਦੱਸ ਕਿਹੜੀ ਗੱਲੋਂ ਬੰਦੇ ਆ ਤੂੰ ਹੋਇਆ ਮਗਰੂਰ ਕੌਣ ਜਾਣੇ ਕਿਹੜੀ ਗੱਲ ਹੋਣੀ ਉਹਨੂੰ
ਦੂਰ ਉੱਥੇ ਦੂਰ ਹਰ ਗੱਲ ਦਾ ਪਤੂਰ ਕੀਤਾ ਜਾਣਾ ਤੇ ਦੂਰ ਹਰ ਗੱਲ ਦਾ ਪਤੂਰ ਕੀਤਾ ਜਾਣਾ ਤੇਰਾ ਬੰਦਿਆ ਗਰੂਰ ਚੂਰ ਚੂਰ ਕੀਤਾ ਜਾਣਾ ਤੈਨੂੰ ਬੰਨ ਕੇ ਲੈ ਜਾਣਾ ਬੇਲਾ ਆਖਰੀ ਜਾਣਾ ਅੰਤ ਵੇਲੇ ਤੈਨੂੰ ਜਮਾ ਕੋਲੋਂ ਕਿਸੇ ਨਹੀਂ ਛਡਾਉਣਾ ਵਾਹ ਜੀ ਵਾਹ ਬੰਨ ਕੇ ਲੈ ਜਾਣਾ ਵੇਲਾ ਆਖਰੀ ਜਾਣਾ ਅੰਤ ਵੇਲੇ ਤੈਨੂੰ ਜਮਾ ਕੋਲੋਂ ਕਿਸੇ ਨਹੀਂ ਛਡਾਉਣਾ ਮੁਆਫ ਇੱਕ ਵੀ ਨਹੀਂ ਤੇਰਾ ਏ ਕਸੂਰ ਕੀਤਾ ਜਾਣਾ ਮੁਆਫ ਇੱਕ ਵੀ ਨਹੀਂ ਤੇਰਾ ਏ ਕਸੂਰ ਕੀਤਾ ਜਾਣਾ ਜਦੋਂ ਪੇਸ਼ ਤੈਨੂੰ ਰੱਬ ਦੇ ਹਜ਼ੂਰ ਕੀਤਾ ਜਾਣਾ ਵਾਹ ਜੀ ਵਾਹ ਉੱਥੇ ਚੱਲਣਾ ਨਹੀਂ ਇਲਮਾਂ ਤੇ ਅਕਲਾਂ ਦਾ ਜ਼ੋਰ ਤੂੰ ਵੀ ਸਿੱਟ ਦੇ ਆਜ਼ਾਦ ਸੱਚੇ ਰੱਬ ਉੱਤੇ ਡੋਰ ਉੱਥੇ ਚੱਲਣਾ ਨਹੀਂ ਇਲਮਾਂ ਤੇ ਅਕਲਾਂ ਦਾ ਜ਼ੋਰ ਤੂੰ ਵੀ ਸਿੱਟ ਦੇ ਆਜ਼ਾਦ ਸੱਚੇ ਰੱਬ ਉੱਤੇ ਡੋਰ ਉੱਥੇ ਸ਼ਰਦਾ ਪਿਆਰ ਮੰਜੂਰ ਕੀਤਾ ਜਾਣਾ ਉੱਥੇ ਸ਼ਰਦਾ ਪਿਆਰ ਮੰਜੂਰ ਕੀਤਾ ਜਾਣਾ ਜਦੋਂ ਪੇਸ਼ ਤੈਨੂੰ ਰੱਬ ਦੇ ਹਜ਼ੂਰ ਕੀਤਾ ਜਾਣਾ ਬੰਦਿਆ ਗਰੂਰ ਚੂਰ ਚੂਰ ਕੀਤਾ ਜਾਣਾ ਜਦੋਂ ਪੇਸ਼ ਤੈਨੂੰ ਰੱਬ ਦੇ ਹਜ਼ੂਰ ਕੀਤਾ ਜਾਣਾ ਜਦੋਂ ਪੇਸ਼ ਤੈਨੂੰ ਰੱਬ ਦੇ ਹਜ਼ੂਰ ਕੀਤਾ ਜਾਣਾ ਵਾਹ ਜੀ ਵਾਹ ਬਿਲਕੁਲ ਸੱਚ ਹੈ ਬਿਲਕੁਲ ਸੱਚ ਹੈ ਜੈਸਾ ਕਰੇਗਾ ਤੈਸਾ ਹੀ ਭਰਨਾ ਪਏਗਾ ਹਾਂਜੀ ਤੇਰੀਆਂ ਚਾਰ ਉਦਾਸੀਆਂ ਤੇਰੀ ਫੋਟੋ ਚ ਮਟਾ ਆਏ ਹਾਂ ਹਾਂ ਤੇਰੀਆਂ ਚਾਰ ਉਦਾਸੀਆਂ ਤੇਰੀ ਫੋਟੋ ਚ ਮਟਾ ਆਏ ਹਾਂ ਮਖਮਲੀ ਬਾਣੇ ਬਾੜੀ ਸ਼ੋਭਾ ਸਿੰਘ ਦੀ ਬਣਾਈ ਤਸਵੀਰ ਸਜਾ ਆਏ ਹਾਂ ਵਾਹ ਜੀ ਵਾਹ ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾਇਆ ਆਏ ਹਾਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ ਵਾਹ ਜੀ ਵਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਲਈ ਹਾਂਜੀ ਸ਼੍ਰੀ ਗੁਰੂ ਨਾਨਕ ਦੇਵ ਬਿਲਕੁਲ ਸਹੀ ਗੱਲ ਥੈਂਕ ਯੂ ਸਰ ਸਾਥੋਂ ਵਾਹ ਨਹੀਂ ਹੋਇਆ ਹਾਂ ਜ਼ਮੀਨ ਠੇਕੇ ਤੇ ਚੜਾ ਆਏ ਹਾਂ ਹਾਂ ਖੇਤੀ ਵਿੱਚ ਹੁਣ ਕੁਝ ਨਹੀਂ ਬਚਦਾ ਪੱਟਾ ਹੋਰ ਵਧਾ ਆਏ ਹਾਂ ਹਾਂ ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ ਕੜਿਆਂ ਵਾਲੀ ਕਾਰ ਲਈ ਸੀ ਸ਼ੁਕਰਾਨੇ ਵਜੋਂ ਪੱਖਾ ਦਾਨ ਕਰ ਆਏ ਹਾਂ ਹਾਂ ਲੋਕਾਂ ਨੂੰ ਵੀ ਥੋੜਾ ਪਤਾ ਲੱਗੇ ਉੱਪਰ ਨਾਮ ਲਿਖਵਾ ਆਏ ਹਾਂ ਬਾਬਾ ਜੀ ਅਸੀਂ ਤੁਹਾਡਾ ਜਨਮ ਦਿਨ ਮਨਾ ਆਏ ਹਾਂ ਜਾਤਾਂ ਪਾਤਾਂ ਨੂੰ ਭਾਵੇਂ ਤੂੰ ਨਹੀਂ ਸੀ ਮੰਨਦਾ ਪਰ ਅਸੀਂ ਤਾਂ ਵੰਡੀਆਂ ਪਾ ਆਏ ਹਾਂ ਵਾਹ ਜੀ ਅਸੀਂ ਤਾਂ ਵੰਡੀਆਂ ਪਾ ਆਏ ਹਾਂ ਹਾਂ ਗੜੀਆਂ ਦਾ ਵਿਹੜੇ ਵਾਲਿਆਂ ਦਾ ਵੱਖਰਾ ਵੱਖਰਾ ਗੁਰਦੁਆਰਾ ਬਣਾ ਆਏ ਹਾਂ ਬਿਲਕੁਲ ਬਾਬਾ ਜੀ ਅਸੀਂ ਤੁਹਾਡਾ ਜਨਮਦਿਨ ਮਨਾ ਆਏ ਹਾਂ ਸੱਚਾ ਸੌਦਾ ਤਾਂ ਨਹੀਂ ਸਾਥੋਂ ਹੋਇਆ ਹਾਂ ਤੇਰਾ ਇੱਕ ਬਣਾ ਆਏ ਹਾਂ ਹਾਂ ਨਾਨਕ ਸਵੀਟਸ ਨਾਨਕ ਕਲਾਸ ਹਾਊਸ ਤੇਰੇ ਨਾਂ ਤੇ ਬਿਜ਼ਨਸ ਚਲਾ ਆਏ ਹਾਂ ਬਿਲਕੁਲ ਬਾਬਾ ਜੀ ਅਸੀਂ ਤੁਹਾਡਾ ਜਨਮਦਿਨ ਮਨਾ ਆਏ ਹਾਂ ਭਾਵੇਂ ਇੱਕ ਨਹੀਂ ਮੰਨੀ ਗੱਲ ਤੇਰੀ ਹਾਂ ਫੋਟੋ ਨੂੰ ਸਿਰ ਝੁਕਾ ਆਏ ਹਾਂ ਫੋਟੋ ਨੂੰ ਸਿਰ ਝੁਕਾ ਆਏ ਹਾਂ
ਠੱਗੀ ਦਾ ਭਾਵੇਂ ਚੋਰੀ ਦਾ ਅਸੀਂ ਆਪਣਾ ਦਸਵੰਤ ਕਢਵਾ ਆਏ ਹਾਂ, ਆਪਣਾ ਰੁਤਬਾ ਵਧਾ ਆਏ ਹਾਂ। ਵਾਹ ਜੀ ਵਾਹ ਬਾਬਾ ਜੀ, ਅਸੀਂ ਤੁਹਾਡਾ ਜਨਮਦਿਨ ਮਨਾ ਆਏ ਹਾਂ। ਜਿਹੜੇ ਅੰਧ ਵਿਸ਼ਵਾਸ ਵਿੱਚੋਂ ਤੂੰ ਅਸੀਂ ਕੱਢਿਆ, ਆਹੋ ਅਸੀਂ ਉਸੇ ਵਿੱਚ ਲੋਕਾਂ ਨੂੰ ਪਾ ਆਏ ਹਾਂ। ਤੁਹਾਡੇ ਦਿੱਤੇ ਤਰਕਰਾ ਦੀ ਅਸੀਂ ਕਰਾਮਾਤ ਬਣਾ ਆਏ ਹਾਂ। ਹਾਂ, ਉਹ ਤਰਕ ਨੂੰ ਕਰਾਮਾਤ ਬਣਾ ਆਏ ਹਾਂ। ਕਿਆ ਬਾਤ ਹੈ, ਹੱਕ ਸੱਚ ਦੀ ਕਮਾਈ ਨਾਲ ਭਲਾ ਕੀ ਬਣਦਾ। ਹਾਂ, ਹੱਕ ਸੱਚ ਦੀ ਕਮਾਈ ਦੇ ਨਾਲ ਭਲਾ ਕੀ ਬਣਦਾ। ਉੱਪਰਲੀ ਵਾਸਤੇ ਅਰਦਾਸ ਕਰਵਾ ਆਏ ਹਾਂ। ਹਾਂ, ਦਸਵੰਤ ਉਹਦੇ ਵਿੱਚੋਂ ਵੀ ਕੱਢਾਂਗੇ, ਇਹ ਵੀ ਗੱਲ ਮੁਕਾ ਆਏ ਹਾਂ। ਬਾਬਾ ਜੀ, ਅਸੀਂ ਤੁਹਾਡਾ ਜਨਮਦਿਨ ਮਨਾ ਆਏ ਹਾਂ। ਚਾਹ ਪਕੌੜੇ ਬਰਫੀ ਅਤੇ ਲੰਗਰ ਰੱਜ ਕੇ ਖਾ ਆਏ ਹਾਂ। ਲਾਲੋ ਦਾ ਸੀ ਜਾਂ ਭਾਗੋ ਦਾ ਸੀ, ਅਸੀਂ ਤਾਂ ਸਭ ਸ਼ੱਕ ਸ਼ਕਾ ਆਏ ਹਾਂ। ਬਾਬਾ ਜੀ, ਅਸੀਂ ਤੁਹਾਡਾ ਜਨਮਦਿਨ ਮਨਾ ਆਏ ਹਾਂ। ਬਾਬਾ ਜੀ, ਅਸੀਂ ਤੁਹਾਡਾ ਜਨਮਦਿਨ ਮਨਾ ਆਏ ਹਾਂ। ਕਿਆ ਬਾਤ ਹੈ, ਧੰਨਵਾਦ ਵੀਰਾ ਜੀ, ਬਹੁਤ ਬਹੁਤ ਇੱਕ ਵਾਰ ਮੈਂ ਕਿਹਾ ਤੁਹਾਡਾ ਬਹੁਤ ਧੰਨਵਾਦ, ਤੁਸੀਂ ਸਹੀ ਗੱਲਾਂ ਕੀਤੀਆਂ, ਅਸੀਂ ਇਹ ਹੀ ਕਰਦੇ ਹਾਂ, ਸਾਡਾ ਕੰਮ ਹੀ ਇਹ ਆ। ਬਾਬਾ ਜੀ ਦਾ ਜਨਮਦਿਨ ਮਨਾਉਂਦੇ ਹਾਂ ਬਸ ਉਲਟੀਆਂ ਗੱਲਾਂ ਕਰਕੇ। ਸਹੀ ਹੈ, ਥੈਂਕ ਯੂ ਸਰ। ਇਹ ਸੀ ਸਾਡੇ ਕੁਲਦੀਪ ਬਲੀਨਾ ਜੀ, ਜਿਨ੍ਹਾਂ ਨੇ ਬਹੁਤ ਵਧੀਆ ਗਾ ਕੇ ਔਰ ਫਿਰ ਬੋਲ ਕੇ ਵਿਅੰਗ ਦੇ ਨਾਲ ਸਾਰੀਆਂ ਗੱਲਾਂ ਕੀਤੀਆਂ। ਮੈਨੀ ਥੈਂਕਸ। ਹਾਂਜੀ ਜੀ, ਆਨੂ ਜੀ, ਜੈ ਗੁਰਦੇਵ। ਜੈ ਗੁਰਦੇਵ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸੰਤੋਖ ਜੀ, ਜੀ ਆਨੂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸੰਤੋਖ ਜੀ, ਜੀ ਆਨੂ ਥੈਂਕ ਯੂ ਜੀ। ਕੀ ਲੈ ਕੇ ਆਏ ਹਾਂ ਜੀ? ਹਾਂਜੀ, ਹੁਣ ਦੇਖੋ ਨਾ, ਪੱਤਝੜ ਦਾ ਮੌਸਮ ਆਇਆ। ਅੱਛਾ ਜੀ, ਅਤੇ ਪੱਤੇ ਝੜ ਰਹੇ ਆ। ਹਾਂ, ਥੋੜ੍ਹੇ ਥੋੜ੍ਹੇ ਰਹਿੰਦੇ ਰਹਿੰਦੇ ਆ। ਹਾਂਜੀ, ਕਾਫੀ ਝੜ ਗਏ ਵੈਸੇ। ਹਾਂਜੀ, ਉਹ ਸੋ ਡਾਲੀ ਪਈ ਪਕਾਰ ਲਈ ਪੱਤੇ ਇਹ ਕਾਫੜਾ ਲੈ ਗਏ ਹੈ ਮੈਂ। ਵਾਹ ਜੀ ਵਾਹ, ਬੋਲੋ ਜੀ। ਡਾਲੀ ਪਈ ਪੁਕਾਰ ਦੀ ਪੱਤਿਆ ਮੁੜ ਡਾਲੀ ਤੇ ਆ। ਆਹਾ, ਮੈਂ ਰੋੜੋ ਬਾਜਾ ਮਾਰਦੀ ਮੇਰੇ ਠੰਡ ਕਲੇਜੇ ਪਾ। ਹਾਂ, ਡਾਲੀ ਪਈ ਪੁਕਾਰ ਦੀ ਪੱਤਿਆ ਮੁੜ ਡਾਲੀ ਤੇ ਆ, ਮੈਂ ਰੋੜੋ ਬਾਜਾ ਮਾਰਦੀ ਮੇਰੇ ਠੰਡ ਕਲੇਜੇ ਪਾ। ਓਹੋ, ਮੈਂ ਮਾਂ ਇਹਨਾਂ ਪੱਤਿਆਂ ਦੀ। ਆਹਾ, ਇਹ ਪੁੱਤਰ ਨੇ ਮੇਰੇ। ਹਾਂ, ਮੈਂ ਮਾਂ ਇਹਨਾਂ ਪੱਤਿਆਂ ਦੀ, ਇਹ ਪੁੱਤਰ ਨੇ ਮੇਰੇ। ਹਰ ਵੇਲੇ ਮਾਈਆ ਗਾਮ ਦੇ ਇਹ ਸ਼ਾਮ ਸਵੇਰੇ। ਮੈਂ ਮਾਂ ਇਹਨਾਂ ਪੱਤਿਆਂ ਦੀ, ਇਹ ਪੁੱਤਰ ਨੇ ਮੇਰੇ। ਹਰ ਵੇਲੇ ਮਾਈਆ ਗਾਮ ਦੇ ਇਹ ਸ਼ਾਮ ਸਵੇਰੇ, ਖੁਸ਼ਬੂ ਪਏ ਬਖੇਰ ਦੇ ਸਭਨਾਂ ਦੇ ਡੇਰੇ। ਖੁਸ਼ਬੂ ਪਏ ਬਖੇਰ ਦੇ ਸਭਨਾਂ ਦੇ ਡੇਰੇ, ਪੱਤੇ ਨੇ ਮੇਰੀ ਚਾਦਰ ਇਹ ਮੈਨੂੰ ਲੈਣ ਲੁਕਾ। ਪੱਤੇ ਨੇ ਮੇਰੀ ਚਾਦਰ ਇਹ ਮੈਨੂੰ ਲੈਣ ਲੁਕਾ, ਡਾਲੀ ਪਈ ਪੁਕਾਰ ਦੀ ਪੱਤਿਆ ਮੁੜ ਡਾਲੀ ਤੇ ਆ, ਰੋੜੋ ਬਾਜਾ ਮਾਰੀ ਮੇਰੇ ਠੰਡ ਕਲੇਜੇ ਪਾ, ਮੇਰੇ ਠੰਡ ਕਲੇਜੇ ਪਾ। ਵਾਹ ਜੀ ਵਾਹ, ਥੈਂਕ ਯੂ ਜੀ। ਪੁੱਛਦੀ ਹਾਂ ਮੈਂ ਰੱਬ ਨੂੰ, ਪੱਤ ਚੜ੍ਹਦੀ ਕੀ ਸੀ ਲੋੜ। ਹਾਂ, ਪੁੱਛਦੀ ਹਾਂ ਮੈਂ ਰੱਬ ਨੂੰ, ਪੱਤ ਚੜ੍ਹਦੀ ਕੀ ਸੀ ਲੋੜ, ਪੱਤਝੜ ਦੇ ਮੌਸਮ ਨੇ ਮੇਰੀ ਕਮਰ ਦਿੱਤੀ ਏ ਤੋੜ। ਪੁੱਛਦੀ ਹਾਂ ਮੈਂ ਰੱਬ ਨੂੰ, ਪੱਤ ਚੜ੍ਹਦੀ ਕੀ ਸੀ ਲੋੜ, ਪੱਤਝੜ ਦੇ ਇਸ ਮੌਸਮ ਨੇ ਮੇਰੀ ਕਮਰ ਦਿੱਤੀ ਏ ਤੋੜ, ਜੇ ਮੈਂ ਚੜ ਫਿਰ ਸਕਦੀ ਤਾਂ ਚੱਕ ਲੈਂਦੀ ਗਲੇ ਨਾਲ ਆ, ਜੇ ਮੈਂ ਚੜ ਫਿਰ ਸਕਦੀ ਚਾਹ ਲੈਂਦੀ ਗਲੇ ਨਾਲ ਲਾ, ਡਾਲੀ ਪਈ ਪੁਕਾਰ ਨਹੀਂ ਪੱਤਿਆ ਮੂੰਹ ਡਾਲੀ ਦੇ ਆ, ਰੋ ਬਾਜਾ ਮਾਰਦੀ ਮੇਰੇ ਠੰਡ ਕਲੇਜੇ ਪਾ। ਪੱਤੇ ਨੇ ਮੇਰਾ ਸਭ ਕੁਛ, ਮੈਂ ਪੱਤਿਆਂ ਦੀ ਮਤਵਾਲੀ,
ਪੱਤੇ ਨੇ ਮੇਰਾ ਸਭ ਕੁਛ, ਮੈਂ ਪੱਤਿਆਂ ਦੀ ਮਤਵਾਲੀ, ਛੋਟੇ ਵੱਜੇ ਛੋਟੇ ਵੱਡੇ ਮਿਲ ਕੇ ਕਰਦੇ ਨੇ ਮੇਰੀ ਰਖਵਾਲੀ, ਪੱਤੇ ਮੇਰਾ ਸਭ ਕੁਛ, ਮੈਂ ਪੱਤਿਆਂ ਦੀ ਰਖਵਾਲੀ, ਛੋਟੇ ਵੱਜੇ ਮਿਲ ਕੇ ਕਰਦੇ ਨੇ ਮੇਰੀ ਰਖਵਾਲੀ, ਹਜਰ ਹਵਾ ਥਫੇੜੇ ਮਾਰਦੀ ਤੇ ਮੈਨੂੰ ਲੈਣ ਬਚਾ, ਜਦ ਹਵਾ ਥਫੇੜੇ ਮਾਰਦੀ ਤੇ ਮੈਨੂੰ ਲੈਣ ਬਚਾ, ਡਾਲੀ ਪਈ ਪੁਕਾਰਦੀ ਪੱਤਿਆ ਮੁੜ ਡਾਲੀ ਦੇ ਆ, ਮੈਂ ਹੋਰੋ ਬਾਜਾ ਮਾਰਦੀ ਮੇਰੀ ਠੰਡ ਕਦੇ ਜੇ ਪਾ, ਬਾਜੀ ਵਾ ਪੰਛੀ ਵੀ ਨਾ ਕੋਈ ਬੈਠਦਾ ਮੇਰੇ ਤੇ ਆ ਕੇ, ਪੰਛੀ ਵੀ ਨਾ ਕੋਈ ਬੈਠਦਾ ਮੇਰੇ ਤੇ ਆ ਕੇ, ਇੱਕ ਇੱਕ ਕਰਕੇ ਭੱਜ ਗਏ ਮੇਰੇ ਤੋਂ ਹੱਥ ਛੁੜਾ ਕੇ, ਬਾਜੀ ਵਾ ਪੰਛੀ ਵੀ ਨਾ ਕੋਈ ਬੈਠਦਾ ਮੇਰੇ ਤੇ ਆ ਕੇ, ਇੱਕ ਇੱਕ ਕਰਕੇ ਭੱਜ ਗਏ ਮੇਰੇ ਤੋਂ ਹੱਥ ਛੁੜਾ ਕੇ, ਚੰਦ ਸਤਾਰੇ ਪੁੱਛਦੇ ਮੈਨੂੰ ਰੋਜ਼ ਹੀ ਆ ਕੇ, ਚੰਦ ਸਤਾਰੇ ਪੁੱਛਦੇ ਮੈਨੂੰ ਰੋਜ਼ ਹੀ ਆ ਕੇ, ਠੰਡੀ ਹਵਾ ਤੇ ਬਰਫ਼ ਨੇ ਸੰਤੋ ਮੇਰਾ ਕੀਤਾ ਰੂਪ ਸਵਾ, ਠੰਡੀ ਹਵਾ ਤੇ ਬਰਫ਼ ਨੇ ਸੰਤੋ ਮੇਰਾ ਕੀਤਾ ਰੂਪ ਸਵਾ, ਡਾਲੀ ਪਈ ਪੁਕਾਰਦੀ ਪੱਤਿਆ ਮੂੰਹ ਡਾਲੀ ਤੇ ਆ, ਮੈਂ ਰੋ ਰੋ ਵਾਜਾ ਮਾਰਦੀ ਮੇਰੀ ਠੰਡ ਕਲੇਜੇ ਪਾ, ਮੇਰੇ ਠੰਡ ਕਲੇਜੇ ਪਾ, ਕਿਆ ਬਾਤ ਹੈ ਸੰਤੋ ਜੀ, ਤੁਸੀਂ ਪੱਤਿਆਂ ਨੂੰ ਪੂਰਾ ਬਿਆਨ ਕਰਤਾ, ਹਾਂਜੀ ਬਿਲਕੁਲ, ਬਹੁਤ ਥੈਂਕ ਯੂ ਤੁਹਾਡਾ, ਪਰਮਾਤਮਾ ਤੁਹਾਨੂੰ ਰਾਜ਼ੀ ਰੱਖੇ, ਇਸੇ ਤਰ੍ਹਾਂ ਆਉਣਾ, ਬਹੁਤ ਵਧੀਆ ਕਵਿਤਾ ਸੀ ਪੱਤਿਆਂ ਦੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਇਹ ਸਾਡੇ ਸੰਤੋਖ ਸਿੰਘ ਸੰਤੋ ਜੀ ਸ਼ਾਇਰ, ਜਿਨ੍ਹਾਂ ਨੇ ਪੱਤਿਆਂ 'ਤੇ ਬਾਤ ਕੀਤੀ ਆ ਕਿ ਇਹ ਮੇਰੇ ਜਿਹੜੇ ਪੱਤੇ ਆ ਇਹ ਮੇਰੇ ਪੁੱਤਰ ਨੇ ਔਰ ਖੁਸ਼ਬੋ ਖਲੇਰਦੇ ਨੇ। ਹਾਂਜੀ ਜੀ ਅਨੂ ਜੀ, ਜੈ ਗੁਰਦੇਵ ਜੀ। ਹਾਂਜੀ ਜੋਗਿੰਦਰ ਮਹਿ ਜੋਗੀ ਜੀ, ਅਨੂ ਜੀ ਹਾਂਜੀ ਚਾਹੁੰਦਾ ਜੀ, ਬੋਲੋ ਜੀ। ਇੱਕ ਦਿਨ ਜਿੰਦ ਗੱਤੀ ਘੜੀ ਆਉਣੀ, ਇੱਕ ਦਿਨ ਜਿੰਦ ਘੜੀ ਐਸੀ ਆਉਣੀ, ਮੇਲਾ ਦੇਖ ਤੁਰ ਜਾਊਂਗੀ, ਇੱਕ ਦਿਨ ਜਿੰਦ ਘੜੀ ਐਸੀ ਆਉਣੀ, ਮੇਲਾ ਦੇਖ ਤੁਰ ਜਾਊਂਗੀ, ਬਿਲਕੁਲ ਘੜੀਆਂ ਦੀ ਜਿੰਦ ਪੁਰਾਣੀ, ਮੇਲਾ ਦੇਖ ਤੁਰ ਜਾਊਂਗੀ, ਸਿਮਰਨ ਸੇਵਾ ਕਰ ਰੱਬ ਮਿਲ ਜਾਊਗਾ, ਜਮਦੀ ਅਮਰ ਕੌਣ ਤੈਨੂੰ ਬਚਾਊਗਾ, ਹੋਰ ਕਿਤੇ ਨਾ ਸੁਣਾਈ ਤੇਰੀ ਹੋਣੀ, ਮੇਲਾ ਦੇਖ ਤੁਰ ਜਾਊਂਗੀ, ਘੜੀਆਂ ਦੀ ਜਿੰਦ ਪੁਰਾਣੀ, ਮੇਲਾ ਦੇਖ ਤੁਰ ਜਾਊਂਗੀ, ਧੀਆਂ ਪੁੱਤਰਾਂ ਤੇ ਯਾਰਾਂ ਨੇ ਵੀ ਸਾਥ ਤੇਰਾ ਦੇਣਾ ਨਾ, ਧੀਆਂ ਪੁੱਤਰਾਂ ਤੇ ਯਾਰਾਂ ਨੇ ਵੀ ਸਾਥ ਤੇਰਾ ਦੇਣਾ ਨਾ, ਤੇਰਾ ਮੌਤ ਦੇ ਪਰਸ ਤੇ ਮੰਨਣਾ ਵੀ ਕਹਿਣਾ ਨਾ, ਬਿਲਕੁਲ ਉੱਥੇ ਨਾਮ ਹੀ ਕੰਮ ਆਉਣੀ, ਉੱਥੇ ਨਾਮ ਦੀ ਕਮਾਈ ਕੰਮ ਆਉਣੀ, ਮੇਲਾ ਦੇਖ ਤੁਰ ਜਾਊਂਗੀ, ਘੜੀਆਂ ਦੀ ਜਿੰਦ ਪੁਰਾਣੀ, ਮੇਲਾ ਦੇਖ ਤੁਰ ਜਾਊਂਗੀ, ਮੇਲਾ ਦੇਖ ਤੁਰ ਜਾਏਗੀ, ਕਰ ਧੰਨਵਾਦ ਕੰਮ ਨੇ ਕੀ ਵਾਲੇ ਕਰ ਲੈ, ਤੂੰ ਕਰ ਪੁੰਨ ਦਾਨ ਕੰਮ ਨੇ ਕੀ ਵਾਲੇ ਕਰ ਲੈ, ਹਰ ਦੇਖ ਨਾਮ ਹਰ ਦੇ ਖਜ਼ਾਨੇ ਨਾਲ ਚੋਲੀਆਂ ਤੂੰ ਭਰ ਲੈ, ਹਰ ਦੇ ਖਜ਼ਾਨੇ ਨਾਲ ਚੋਲੀਆਂ ਤੂੰ ਭਰ ਲੈ, ਮਨ ਮੰਦਰ ਤਜੋਤ ਤੂੰ ਜਗਾਣੀ, ਮੇਲਾ ਦੇਖ ਤੁਰ ਜਾਊਂਗੀ,
ਦੋ ਕੜੀਆਂ ਦੀ ਜਿੰਦ ਪਰੋਣੀ ਮੇਲਾ ਦੇਖ ਤੁਰ ਜਾਊਂਗੀ ਰੱਬ ਤੇਰਾ ਰਾਖਾ ਦੂਜਾ ਨਾਮ ਹੀ ਸਹਾਰਾਇਆ ਇੱਕ ਰੱਬ ਤੇਰਾ ਰਾਖਾ ਦੂਜਾ ਨਾਮ ਹੀ ਸਹਾਰਾਇਆ ਜਿਹਦੇ ਨਾਮ ਨਾਲ ਜੀਆ ਜੰਤ ਜੀਂਦਾ ਜੱਗ ਸਾਰਾਇਆ ਲੈ ਵੀ ਉਹਦੇ ਨਾਲ ਜਿੰਦੇ ਪੈਂਦੀ ਲਾਉਣੀ ਮੇਲਾ ਦੇਖ ਤੁਰ ਜਾਏਗੀ ਦੋ ਕੜੀਆਂ ਦੀ ਜਿੰਦੇ ਪਰਾਉਣੀ ਮੇਲਾ ਦੇਖ ਤੁਰ ਜਾਊਂਗੇ ਮੈਂ ਜੋਗੀ ਦੇਖ ਰੱਬ ਦੀਆਂ ਖੇਡਾਂ ਨੇ ਨਿਆਰੀਆਂ ਮੈਂ ਜੋਗੀ ਦੇਖ ਰੱਬ ਦੀਆਂ ਖੇਡਾਂ ਨੇ ਨਿਆਰੀਆਂ ਇੱਕ ਦਿਨ ਇਥੋਂ ਤੂੰ ਮਿਕਾਰ ਜਾਣੀਆਂ ਤਿਆਰੀਆਂ ਤੇਰਾ ਨਾਮ ਬਿਨ ਮੁਕਤੀ ਨਾ ਹੋਣੀ ਤੇਰੇ ਨਾਮ ਬਿਨ ਮੁਕਤੀ ਨਾ ਹੋਣੀ ਮੇਲਾ ਦੇਖ ਤੁਰ ਜਾਊਂਗੀ ਦੋ ਕੜੀਆਂ ਦੀ ਜਿੰਦ ਪਰਾਉਣੀ ਮੇਲਾ ਦੇਖ ਤੁਰ ਜਾਏਗੀ ਤਰਕ ਦੇ ਜੀ ਬਹੁਤ ਮਾੜੇ ਮਹੀਨੇ ਸਹਿਣ ਜੈ ਕਰਿਓ ਸਾਨੂੰ ਥੈਂਕ ਯੂ ਜੋਗਿੰਦਰ ਮਹਿ ਜੋਗੀ ਜੀ ਬਾਕੀ ਹੈ ਸੱਚੀ ਗੱਲ ਆ ਦੋ ਕੜੀਆਂ ਦੀ ਜਿੰਦ ਇਹ ਪਰਾਉਣੀ ਇੱਕ ਦਿਨ ਮੁੱਕ ਜਾਏਗੀ ਬਾਕੀ ਇਹ ਜਿਹੜੀ ਜ਼ਿੰਦਗੀ ਆ ਸਿਆਣੇ ਕਹਿੰਦੇ ਜੋ ਘੜਿਆ ਸੋ ਭੱਜਣਾ ਹੈ ਆਖਿਰਕਾਰ ਏ ਕਿਉਂਕਿ ਇਨਸਾਨ ਜਿਹੜਾ ਇਹਨੇ ਇੱਕ ਦਿਨ ਜ਼ਰੂਰ ਜਾਣਾ ਹਰ ਇੱਕ ਚੀਜ਼ ਵੈਸੇ ਇੱਕ ਕੁਦਰਤ ਦਾ ਅਸੂਲ ਆ ਜਿਹੜੀ ਚੀਜ਼ ਬਣਦੀ ਆ ਉਹ ਬਦਲਦੀ ਆ ਉਹ ਖਤਮ ਹੁੰਦੀ ਆ ਅਤੇ ਨੈਚੁਰਲ ਗੱਲ ਵਾ ਸੋ ਮੈਂ ਜੋਗਿੰਦਰ ਮਹਿ ਜੋਗੀ ਜੀ ਦਾ ਅਤੇ ਬਾਕੀ ਸਾਰੇ ਸ਼ਾਇਰਾਂ ਬੁਲਾਰਿਆਂ ਦਾ ਬਹੁਤ ਬਹੁਤ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਆਪਣੀਆਂ ਰਚਨਾਵਾਂ ਆਪਣੇ ਬੋਲ ਸਾਰੇ ਸੰਸਾਰ ਦੇ ਵਿੱਚ ਕਵੀ ਦਰਬਾਰ ਰਾਹੀਂ ਪੇਸ਼ ਕੀਤੇ ਆ ਤਹਿ ਦਿਲੋਂ ਮੈਂ ਸ਼ੁਕਰਗੁਜ਼ਾਰ ਹਾਂ ਅਗਲੇ ਹਫ਼ਤੇ ਅਗਰ ਉਸ ਮਾਲਕ ਨੇ ਜ਼ਿੰਦਗਾਨੀ ਬਖਸ਼ੀ ਤਾਂ ਫਿਰ ਇਸੇ ਤਰ੍ਹਾਂ